जीता नहीं करता भी हरासमेंट हो बंदा ना भाजी बेस्ट ऑन बेस्ट है जी हूं पहुंची थोड़े को पहुंच गए सारिया थकावट उतर गई ਅਸੀਂ ਹਾਂਗਕਾਂਗ ਦਾ 50 ਫੂਟ ਵਾਲੇ ਬਾਈ ਕਦੋਂ ਆ ਰਹੇ ਤੇਰੇ ਰਿਸ਼ਤੇਦਾਰ ਕਦੋਂ ਆ ਰਹੇ ਤੇਰੇ ਰਿਸ਼ਤੇਦਾਰ ਮਾ ਬਾਈ ਡਿਕੋ 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 ਹੈਲੋ ਹਾਲੇ ਤਾਂ ਬਹੁਤ ਕੁਝ ਦੇਖਣਾ ਹੈ ਜਿਹੜੇ ਚੀਨੀਆਂ ਨਾਲ ਤੁਸੀਂ ਗੱਲਾਂ ਕਰਨਾ ਤੁਹਾਨੂੰ ਦੱਸਾਂਗੇ ਚੀਨੀ ਦੀ ਭਾਸ਼ਾ ਹੋਏ ਹੋ ਕਿਆ ਬੋਲਦੇ ਤੁਹਾਨੂੰ ਪਤਾ ਲੱਗ ਜੂਗੀ ਯਾਰ ਅੱਛਾ ਅਸੀਂ ਵੀ ਚੀਨੀਆਂ ਨੂੰ ਖਾਸਾ ਕੋ ਬੋਲਿਆ ਉਹਨਾਂ ਨੇ ਸਾਡੀ ਦਾ ਗੱਲ ਪਰ ਸਭ ਨਹੀਂ ਤੁਸੀਂ ਤਾਂ ਕਹਿੰਦੇ ਸੀ ਕਹਿੰਦਾ ਬੱਤਕ ਤੇ ਮੁਰਗੇ ਵਾਲੀ ਬੋਲੀ ਸੀ ਤੁਹਾਡੀ ਨਾ ਬੱਤਕ ਮੁਰਗੇ ਦੀ ਸਮਝ ਹੈ ਨਾ ਮੁਰਗਾ ਬੱਤਕ ਦੀ ਸਮਝ ਹੈ ਇਹੀ ਚੱਕਰ ਜਦਾ ਫਸੇ ਰਹੇ ਅਸੀਂ ਫੁਕੇਟ ਇੱਧਰ ਦੇਖ ਤੂੰ ਆਹ ਇੱਧਰ ਲੱਕੜੀ ਉਹ ਲੱਕੜੀ ਲੱਗਦੀ ਇੱਧਰ बंदर देसी भाषा ਹਾਂ ਜੱਚੇ ਯਾਰ ਪਹਾੜੀ ਰੂਪ ਦਿੱਤਾ ਵੈਨ ਪੂਰਾ ਹੈ ਅਦਰ ਇਸ ਨਾ 97 ਸਾਰਾ ਕੁਝ ਦੇਖੋ ਉਹ ਝੂਂਡ ਦੀ ਬਣਾਈ ਉਹ ਝੂਂਡ ਦੀ ਬਣਾਈ ਸਾਰਾ ਲੱਗਿਆ ਆਪਾਂ ਅੱਛਾ ਆਪਾਂ ਹੁਣ ਆਪਾਂ ਓਹੋ ਆਪਾਂ ਪਹਾੜ ਦੇ ਵਿੱਚ ਐਂਟਰੀ ਲੱਗੇ ਆ ਲੈਣਾ ਪਹਾੜ ਦੇ ਵਿੱਚ ਨੂੰ ਐਂਟਰੀ ਲਓ ਜੀ ਪਹਾੜ ਨੂੰ ਨਹੀਂ ਤੋੜਿਆ ਹਾਂ ਵਿੱਚ ਦੀ ਸੜਕ ਉਹਦੇ ਵਿੱਚ ਦੀ ਉਹ ਕੱਢਤੀ ਵਿੱਚ ਦੀ ਉਹ ਸੜਕ ਕੱਢਤੀ ਵੀ ਕਿੰਨੀ ਲੰਬੀ ਲੈਂਥ ਹੈ ਦੀ ਜੱਚੇ ਇਹ ਇਹ ਤਾਂ ਥੋੜੀ ਹੋਰ ਅੱਛਾ ਸਫਾਈ ਦੇਖੋ ਕਿੰਨੀ ਅੰਦਰ ਇਹਦੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ 80 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੁਸੀਂ ਜਾ ਸਕਦੇ ਹੋ ਵਾਹ ਜੀ ਵਾਹ ਲੈ ਪਹਾੜੀ ਨਹੀਂ ਤੋੜੀ ਮਤਲਬ ਨੈਚੁਰਲਿਟੀ ਜਿਹੜੀ ਹੈਗੀ ਉਹ ਕਾਇਮ ਰੱਖੀ ਹੋਈ ਹੈ ਨੈਚਰ ਬਣਾਤੀ ਸਫਾਈ ਦੇਖ ਲੋ ਕਿੰਨੀ ਹੈ ਕੀ ਬਾਤ ਹੈ ਇਹ ਤਾਂ ਗੱਲਬਾਤ ਹੈਗੀ ਉਹ ਘੈਂਟ ਹੈ ਜੀ ਦੇਖੋ ਜੀ ਤੁਸੀਂ ਲੋ ਜੀ ਦਰਸ਼ਨ ਸਾਰੇ ਜਾਣੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਆ ਦੋ ਕੁ ਦਿਨਾਂ ਵਿੱਚ ਦੇ ਜਹਾਜ਼ ਪਰ ਚੜ੍ਹ ਜਾ ਉਤਰ ਜਾ ਜਹਾਜ਼ ਪਰ ਚੜ੍ਹ ਜਾ ਉਤਰ ਜਾ ਹੀ ਹੋਈ ਪਈ ਹੈ ਬਾਕੀ ਬਾਈ ਇਹ ਨਹੀਂ ਪਤਾ ਲੱਗਦਾ ਅਸਾਂ ਤਾਂ ਭੇਦ ਹੋ ਗਿਆ ਹੁਣ ਤਾਂ ਅੱਖਾਂ ਮੀਚ ਕੇ ਸਾਤੇ ਪੈਰ ਰਖਾ ਲਓ ਚਾਹੇ ਏਅਰਪੋਰਟ ਦੇ ਇਕੱਲੇ ਇਕੱਲੇ ਕੁੰਜੇ 'ਚ ਘੁੰਮ ਘੁੰਮ ਥੱਕ ਗਏ ਤਾਂ ਹੁਣ ਪਛਾਣ ਹੋ ਗਈ ਥਾਈ ਏਅਰ ਏਸ਼ੀਆ ਵਾਲਿਆਂ ਦੇ ਐਰੋਪਲੇਨ 'ਚ ਬੈਠ ਕੇ ਜੀ ਆਪਾਂ ਬੈਂਕੋਂਕ ਤੋਂ ਹਾਂਗਕਾਂਗ ਲਈ ਥੋੜ੍ਹੀ ਜਿਹੀ ਹੱਥੀ ਤੁਹਾਨੂੰ ਪਿੱਛੇ ਮਰਵਾ ਲੈਂਦੇ ਆਪਾਂ ਯਾਨੀ ਸਾਨੂੰ ਮਿਲ ਗਈ ਫਰੰਟ ਵਾਲੀ ਸੀਟ ਆ ਅਤੇ ਫਰੰਟ ਵਾਲੀ ਸੀਟ 'ਤੇ ਬੈਠੇ ਆ ਤਿੰਨੇ ਬ੍ਰਦਰ ਇਕੱਠੇ ਹੀ ਬਾਕੀ ਦੇਖਦੇ ਹਾਂ ਅੱਗੇ ਜਾ ਕੇ ਹੁਣ ਕੀ ਬਣਦਾ ਬਹੁਤਾ ਸ਼ੂਟ ਤਾਂ ਅਸੀਂ ਕਰ ਨਹੀਂ ਸਕਦੇ ਇੱਥੇ ਆਓ ਜੀ ਪਹੁੰਚ ਗਏ ਹਾਂਗਕਾਂਗ ਦੇ ਹਵਾਈ ਅੱਡੇ 'ਤੇ ਹਾਂਗਕਾਂਗ ਅਸੀਂ ਜਾ ਰਹੇ ਹਾਂ ਲਿਫਟ ਅਸੀਂ ਲਿਫਟ 'ਤੇ ਜਾ ਰਹੇ ਹਾਂ ਗੋਡੇ ਲੱਗ ਗਏ ਦੋਨੋਂ ਹੈ ਲਓ ਜੀ ਇਹ ਤੋਂ ਬਾਅਦ ਵਿੱਚ ਦੇਖਦੇ ਹਾਂ ਸਾਡਾ ਅਗਲਾ ਪ੍ਰੋਸੈਸ ਇੱਥੇ ਇਮੀਗ੍ਰੇਸ਼ਨ ਵਾਲੇ ਸਾਡੇ ਨਾਲ ਕੀ ਕਰਦੇ ਨੇ ਉਹ ਹੁਣ ਵਕਤ ਬਤਾਊਗੇ ਅਤੇ ਪਹਿਲਾਂ ਅਸੀਂ ਸਾਨੂੰ ਹਵਾਈ ਜਹਾਜ਼ ਦੇ ਵਿੱਚ ਤਾਂ ਮਿਲ ਗਿਆ ਸੀਗਾ ਜੀ ਇੱਕ ਫੋਰਮ ਜਿਹੜਾ ਫੋਰਮ ਫਿਲ ਕਰਨਾ ਜੀ ਉਹ ਵੀ ਤੁਹਾਨੂੰ ਦੱਸਦੇ ਹਾਂ ਆਪਾਂ ਫੋਰਮ ਦੇ ਵਿੱਚ ਕਿਆ ਕੁਛ ਹੈ ਕਿਵੇਂ ਫਿਲ ਕਰਨਾ ਉਹ ਸਾਰਾ ਕੁਛ ਸਟੈਪ ਬਾਈ ਸਟੈਪ ਇੱਥੇ ਤਾਂ ਤੁਹਾਨੂੰ ਆਪਾਂ ਦੱਸਾਂਗੇ ਸਾਰਾ ਕੁਛ ਬਾਹਰ ਗੱਡੀਆਂ ਚੱਲਦੀਆਂ ਬਈ ਮੈਂ ਤਾਂ ਏਅਰਪੋਰਟ ਆ ਯਾਰ ਇੱਥੇ ਜੀ ਫਿਰ ਇਮੀਗ੍ਰੇਸ਼ਨ ਵਾਲਿਆਂ ਦਾ ਇੱਕ ਆਪਣਾ ਫੋਰਮ ਹੈਗਾ ਜਿਹਦੇ ਵਿੱਚ ਆਪਣਾ ਨਾਮ ਭਰਨਾ ਹੈਗਾ ਉੱਥੇ ਵੀ ਪਾਸਪੋਰਟ ਦਾ ਨੰਬਰ ਪਾਸਪੋਰਟ ਦੇ ਕਿੱਥੋਂ ਤੋਂ ਬਣਿਆ ਵਾ ਇਹ ਕਿਹੜੀ ਡੇਟ ਦਾ ਬਣਿਆ ਵਾ ਨੈਸ਼ਨੈਲਿਟੀ ਕੀ ਹੈ ਤੁਹਾਡੀ ਡੇਟ ਆਫ ਬਰਥ ਕੀ ਹੈ ਪਲੇਸ ਆਫ ਬਰਥ ਕੀ ਹੈ ਜਿੱਥੇ ਤੁਸੀਂ ਜੰਮੇ ਹੋ ਐਡਰੈਸ ਹਾਂਗਕਾਂਗ ਦਾ ਜਿੱਥੇ ਤੁਸੀਂ ਜਾ ਕੇ ਠਹਿਰਨਾ ਹੈ ਫਿਰ ਆਪਣਾ ਐਡਰੈਸ ਭਰਨਾ ਫਿਰ ਫਲਾਈਟ ਦਾ ਨੰਬਰ ਭਰਨਾ ਫਲਾਈਟ ਆਈ ਕਿੱਥੋਂ ਹੈ ਸਿਗਨੇਚਰ ਵਗੈਰਾ ਅਤੇ ਇਹਦੇ ਨੀਚੇ ਇੱਕ ਪੇਜ ਆ ਆਟੋਮੈਟਿਕਲੀ ਉਹਦੇ ਪਰ ਫਿਲ ਵੀ ਹੋ ਜਾਂਦਾ ਉਹ ਕਾਰਬਨ ਟਾਈਪ ਹੁੰਦਾ ਹੈ ਅਤੇ ਫੋਰਮ ਭਰ ਕੇ ਫਿਰ ਅੱਗੇ ਪੇਸ਼ ਹੋਣਾ ਹੈ ਅਤੇ ਜਿਹਦੇ ਵਿੱਚ ਸਾਨੂੰ ਡਾਕੂਮੈਂਟ ਹੈਗੇ ਇੱਕ ਤਾਂ ਸੀ ਜਿਹੜਾ 4 ਦਿਨਾਂ ਦਾ ਉਹ ਲੱਤਾ ਵਾ ਆਪਣਾ ਸਟੇ ਦਾ ਉਹ ਦਿਖਾਉਣਾ ਜਿਹੜਾ ਵੀਜ਼ਾ ਲੱਤਾ ਵਾ ਉਹ ਲੈ ਕੇ ਜਾਣਾ ਪਾਸਪੋਰਟ ਲੈ ਕੇ ਜਾਣਾ ਬਾਕੀ 1-2 ਆਈਟਮਾਂ ਹੋਰ ਆ ਬਾਅਦ 'ਚ ਦੱਸਦੇ ਹਾਂ ਤੁਹਾਨੂੰ ਕੀ ਕੁਛ ਹੈਗਾ ਲਓ ਜੀ ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਕੱਢ ਤਾ ਜੀ ਬਾਹਰ ਬਾਹਰ ਮਤਲਬ ਕਹਿਣ ਦਾ ਭਾਵ ਵੀ ਹਾਂ ਤੁਸੀਂ ਐਲੀਜੀਬਲ ਹੋ ਇੱਥੇ ਜਾ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਸਾਡਾ ਇੱਕ ਬੰਦਾ ਰਹਿ ਗਿਆ ਪੁਲਸੀਆ ਅੰਦਰੇ ਪੁਲਸੀਏ ਦੀ ਹਾਲੇ ਵੈਰੀਫਿਕੇਸ਼ਨ ਚੱਲ ਰਹੀ ਜੀ ਅੰਦਰ ਅਸੀਂ ਦੋਨੇ ਜਣੇ ਵੇਟ ਕਰ ਰਹੇ ਹਾਂ ਉਹਦੀ ਅਤੇ ਇਹ ਨਹੀਂ ਪਤਾ ਹੁਣ ਉਹ ਕਿੱਥੇ ਹੋਊਗਾ ਹਾਲ ਕੀ ਪ੍ਰੋਸੈਸ ਚੱਲ ਰਿਹਾ ਉਹਦਾ
ਉਹਦੇ ਕੁਛ ਜਦੋਂ ਉਹਨੇ ਮਤਲਬ ਵੀਜ਼ਾ ਲਿੱਤਾ ਸੀਗਾ ਆਪਣੀ ਮਤਲਬ ਆਪਣਾ ਜਨਮ ਸਥਾਨ ਕੁਛ ਮੇਰੇ ਖਿਆਲ 'ਚ ਮਿਸਟੇਕ ਦੇ ਵਿੱਚ ਲਿਖਤਾ ਸੀ ਕੁਛ ਹੈ ਉਹਦਾ ਜਨਮ ਸਥਾਨ ਬਿੰਦ ਰੱਖਦਾ ਹੈ ਅਤੇ ਲਿਖਤਾ ਉਹਨੇ ਮੇਰੇ ਖਿਆਲ ਸ਼ਾਇਦ ਰੋਪੜ ਦੇ ਵਿੱਚ ਇਹੀ ਗੱਲ ਚੱਲੀ ਸੀਗੀ ਉਹਦੇ ਨਾਲ ਅਤੇ ਉਸ ਸੰਬੰਧ ਦੇ ਵਿੱਚ 20 ਮਿੰਟ ਹੋ ਗਏ ਹਾਲ ਉਹਨਾਂ ਦੇ ਕੋਲੇ ਆ ਉਹ ਅਤੇ ਅਸੀਂ ਬਾਹਰ ਆ ਕੇ ਆਪਣੇ ਅਟੈਚੀ ਕੇਸ ਜਿਹੜੇ ਅਸੀਂ ਆਪਣੇ ਚੱਕ ਲਏ ਹੈਗੇ ਹਾਂ ਇੱਥੇ ਤੋਂ ਅਤੇ ਹੁਣ ਉਹਦੀ ਵੇਟ ਕਰ ਰਹੇ ਹਾਂ ਅਤੇ ਵਿੱਚ ਕਿਤੇ ਐਂ ਵੀ ਜੇ ਉਹਨੂੰ ਸ਼ੱਕ ਦੇ ਦਾਇਰੇ 'ਚ ਆ ਕੇ ਕਿਤੇ ਸਾਨੂੰ ਵੀ ਨਾ ਬੁਲਾ ਲੈਣ ਅਸੀਂ ਥੋੜ੍ਹਾ ਜਿਹਾ ਦੂਰ ਖੜ੍ਹ ਗਏ ਆ ਕੇ ਪਰ ਨਿਕਲੇ ਸੀ ਬਾਹਰ ਹੈ ਨਹੀਂ ਚਾਚਾ ਫੋਨ ਕਰਦਾ ਬਾਹਰ ਤੋਂ ਕਹਿੰਦਾ ਵੀ ਕੋਈ ਗੱਲ ਨਹੀਂ ਵੇਟ ਕਰ ਲਓ ਵੀ ਜੇ ਕੋਈ ਗੱਲ ਨਾ ਬਣੀ ਤਾਂ ਵੀ ਮੈਂ ਸੈੱਲ ਜਮਾਊਂਗਾ ਕੋਈ ਫਿਰ ਇੱਥੇ 'ਤੇ ਵੀ ਪਹਿਲਾਂ ਤੁਸੀਂ ਆਪਣਾ ਦੇਖ ਲਓ ਕਰਕੇ ਸਾਡੇ ਆਪਣੇ ਟੋਟਲੀ ਕਾਗਰੀ ਕਾਰਵਾਈ ਤਾਂ ਆਪਣੀ ਸਾਰਿਆਂ ਦੀ ਆਪਣੀ ਤਿੰਨਾਂ ਦੀ ਇੱਕੋ ਸੇਮ ਹੈ ਨਾਲੇ ਤੁਹਾਡੇ ਕੋਲ ਪਹੁੰਚ ਗਏ ਸਾਰੀਆਂ ਥਕਾਵਟਾਂ ਉਤਰ ਗਈਆਂ ਅਸੀਂ ਹਾਂਗਕਾਂਗ ਦਾ 50 ਫੂਟ ਵਾਲੇ ਬਾਈ ਕਦੋਂ ਆ ਰਹੇ ਤੇਰੇ ਰਿਸ਼ਤੇਦਾਰ ਕਦੋਂ ਆ ਰਹੇ ਤੇਰੇ ਰਿਸ਼ਤੇਦਾਰ ਕਿਆ ਕਰੀਏ ਦੇਖੋ ਕਿੱਧਰ ਦੇ ਕਿੱਧਰ ਨੂੰ ਫਸ ਗਏ ਅਸੀਂ ਹੁਣ ਪਤਾ ਹੀ ਸਮਝੇ ਲੱਗੀ ਤੇ ਪਤਾ ਕੀ ਚੀਜ਼ ਹੈ ਤੁਹਾਨੂੰ ਐਕਸਪੀਰੀਅੰਸ ਆ ਗਿਆ ਗਾਹਾਂ ਨੂੰ ਹਾਂ ਤੁਸੀਂ ਨਾ ਕਹਿੰਦਾ ਵੀ ਅੱਗ ਦੀ ਮਾਰੀ ਟਟਿਆਣੇ ਤੋਂ ਵੀ ਡਰੋਗੇ ਹੋਰ ਕਿਆ 10 ਵਾਰ ਪਾਸਵਰਡ ਚੈੱਕ ਕਰੋਗੇ ਯਾਰ ਆ ਵੀ ਹੋ ਗਿਆ ਆ ਵੀ ਹੋ ਗਿਆ ਚਾਚੇ ਪਾਸਵਰਡ ਦੀ ਗੱਲ ਕਰਦਾ ਹੁਣ ਤਾਂ ਬੱਸ 'ਚ ਚੜ੍ਹਨੇ ਤੇ ਪਹਿਲਾਂ ਚਾਰੇ ਟਾਇਰ ਚੈੱਕ ਕਰਿਆ ਕਰਾਂਗੇ ਵੀ ਹਵਾ ਹੈਗੀ ਕਿ ਨਹੀਂ ਨਾ ਵੀ ਚਾਚਾ ਦਾ ਤੁਹਾਡਾ ਨਾਲ ਪਾਸਵਰਡ ਇੱਕ ਵਾਰ ਨਹੀਂ ਚੜ੍ਹ ਦਿੰਦਾ ਚਾਰ ਵਾਰ ਜਹਾਜ਼ ਚਾਰ ਵਾਰ ਕਹਿੰਦਾ ਅੱਛਾ ਗੱਡੀ ਵਾਲਾ ਭਾਜੀ ਇੱਧਰ ਚਲੇ ਗਿਆ ਨਾ ਇਹ ਮੀਂਹ ਕਿੰਨੇ ਕੁ ਦਿਨ ਹੋ ਗਿਆ ਪੈਂਦੇ ਨੂੰ ਮੀਂਹ ਦਾ ਥੋੜੇ ਕਰਮਾਂ 'ਚ ਤੁਸੀਂ ਉਹਨੇ ਆਏ ਆ ਸਾਡੇ ਤਾਂ ਹੈ ਸੀ ਅੱਛਾ ਕਰਕੇ ਤੁਰਪੇ ਇਹ ਵੀ ਗੱਲ ਸੀ ਗੱਲ ਤਾਂ ਠੀਕ ਹੈ ਆ ਗੱਡੀ ਆਪਣੀ ਆਵਾਜ਼ ਅੱਛਾ 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 ਹਾਂਜੀ ਹੁਣ ਇੰਡੀਆ ਦੇ ਕੁਛ ਤਾਂ ਨਹੀਂ ਗਏ ਉੜਦੇ ਹੁਣ ਕਬਾੜੇ ਸਹੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਾਚੀ ਇੰਨਾ ਕੋਈ ਜ਼ਿਆਦਾ ਮਤਲਬ ਉਹ ਨਹੀਂ ਹੈ ਅੰਦਰ ਸਾਰੀ ਪੁੱਛ ਗਿੱਛ ਨਹੀਂ ਹੋਈ ਬਹੁਤੀ ਬਸ ਆਹੀ ਵਾਲੀ ਜਾ ਤੇਰਾ ਕਿਆ ਗਾੜੀ ਫਸੀ ਸੀ ਇੱਥੇ ਅੰਦਰ ਮੇਰੇ ਤਾਂ ਇਹ ਸੀਗਾ ਜਿਹੜਾ ਮੈਂ ਬੀਜੇ ਦੇ ਵਿੱਚ ਭਰਿਆ ਸੀਗਾ ਜਨਮ ਪਲੇਸ ਰੋਪੜ ਭਰਦਾ ਸੀਗਾ ਡਿਸਟ੍ਰਿਕਟ ਰੋਪੜ ਹਾਂ ਪਰ ਪਾਸਪੋਰਟ ਪਰ ਬਿੰਦਰਖ ਲਿਖਿਆ ਹੋਇਆ ਮੈਂ ਬਿੰਦਰਖ ਲਿਖਤਾ ਹੋਏ 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 ਸੀ ਲੇਟ ਦਾ ਕਿਹੜਾ ਤੇ ਫਿਰ ਉਹ ਕਹਿੰਦਾ ਵੀ ਉਹਦਾ ਫਿਰ ਆਪੇ ਪਾਸਪੋਰਟ ਮੇਰੇ ਵੀਜ਼ੇ ਪਰ ਅੰਦਰ ਜਾ ਕੇ ਇਹ ਮੁੰਡੇ ਗਿਆ ਆਪਣਾ ਪਿੰਡ ਸਵਾ ਚੱਕਰੇ ਜੀ ਮੈਂ ਫੋਨ ਕਰਦਾ ਮਾਂ ਨਹੀਂ ਨਹੀਂ ਹੋ ਗਿਆ ਇਹ ਬੰਦੇ ਨੇ ਕਹਿੰਦਾ ਮੈਂ ਕਰਦਾ ਫੋਨ ਠੀਕ ਹੈ ਹੋ ਗਿਆ ਗੱਡੀਆਂ ਤਾਂ ਬਹੁਤ ਤਕੜੀਆਂ ਚਾਚੀ ਯਾਰ ਅੱਛਾ ਦਿਓਲ ਵਾਲੀ ਆ ਰਹੀ ਹੈ ਪਿੱਛੇ ਓਕੇ ਨਾਂ ਦੀ ਜਗ੍ਹਾ ਦਿਓਲੇ ਲਿਖਿਆ ਨਹੀਂ ਉਹ ਨੰਬਰ ਕੋਈ ਰਜਿਸਟ੍ਰੇਸ਼ਨ ਦਿਓਲੇ ਨੰਬਰ ਆਪਦਾ ਲੈਣਾ ਪੈਂਦਾ ਹੈ ਅਸੀਂ ਕਿੱਥੇ ਖਰੀਦਿਆ ਲਿਆ ਹੋਇਆ ਅੱਛਾ ਜਣੀ ਉਹ ਰਜਿਸਟ੍ਰੇਸ਼ਨ ਨੰਬਰ ਦਿਓ ਲਾ ਰਹੇ ਹਾਂ ਵਾਹ ਜੀ ਵਾਹ ਨਹੀਂ ਫਿਰ ਜੇ 20 ਜਣੇ ਦਾ ਦਿਓਲ ਹੋਵੇ ਫਿਰ ਦਿਓਲ 1 ਦਿਓਲ 2 ਦਿਓਲ 3 ਦਿਓਲ 4 ਅੱਛਾ ਨਾਲ ਹਰੇਕ ਜੀ ਦੀ ਦਵਾਈ ਹੈਗੀ ਬੋਲੀ ਲੱਗਦੀ ਹੈ ਬੋਲੀ ਓਏ ਕੀ ਬਾਤ ਹੈ ਆ ਕੰਮ ਤਾਂ ਠੀਕ ਹੈ ਸ਼ਾ ਗਏ ਬਈ ਬੋਲੀ ਲੱਗਦੀ ਹੈ ਇੱਥੇ ਫਿਰ ਓਕੇ ਲਓ ਜੀ ਉਹ ਚੜ ਗਿਆ ਜਹਾਜ਼ ਬਈ ਓਏ ਤੂੰ ਬੈਠ ਲੱਗਾ ਮੈਂ ਬੈਠਾ ਕੇ ਹਾਂ ਦਿਖਾਉਣਾ ਮੈਂ ਓਕੇ ਓਕੇ ਥੈਂਕ ਯੂ ਨਿਕਲ ਗਏ ਆਪਾਂ ਹੁਣ ਏਅਰਪੋਰਟ ਤੋਂ ਬਾਹਰ ਹਾਂਗਕਾਂਗ ਦੀ ਧਰਤੀ ਨੂੰ ਸਲਾਮ ਸਾਡੇ ਵੱਲ ਤੇ ਸਾਡੇ ਚਾਚਾ ਜੀ ਨੂੰ ਖਾਸ ਕਰਕੇ ਅੱਛਾ ਆਇਨਕ ਉਹ ਭਾਜੀ ਦੇਖਿਓ ਇੰਨੀ ਦੂਰ ਘੁੰਮਣੀ ਸੀ
ਓਕੇ ਅੱਛਾ ਰੂਲ ਰੈਗੂਲੇਸ਼ਨ ਹੈਗੇ ਪੂਰੇ ਹੈ ਨਾ ਜਿੱਦਾਂ ਨਿਸ਼ਾਨ ਉਧਰ ਨੂੰ ਜਾਣਾ ਪਰ ਐ ਅੱਛਾ ਆਪਣੀ ਮਰਜ਼ੀ ਕਿਸੇ ਨੂੰ ਨਹੀਂ ਵੜ ਸਕਦੇ ਹਾਂ ਰੁਜੋਲ ਐਕਸੀਡੈਂਟ ਕਾਰ ਲਾਗੋ ਬਾਹਰ ਨਿਕਲੇ ਤੂੰ ਆ ਡੰਡੇ ਜੇ ਪੱਟ ਦੇ ਲੈ ਵੀ 8 ਨੰਬਰ ਦਾ ਹੋਣ ਵਾਲੇ ਨੇ ਹਾਂ ਤੇ ਉਹ ਤੋਂ ਪਹਿਲਾਂ ਪੇਮੈਂਟ ਦੇ ਦੇ ਲਾ ਦੇ ਭੈਣ ਮੁੜ ਕੇ ਲਪਾਣੀ ਐ ब्रिज अगे आ रहा है मकाओ नू और चैनल नू निकलदा होगा ना ठीक है ठीक है ठीक है ठीक समुंदर पोले गायब हो जाता जी है ठीक है रूल एंड रेगुलेशन तो जरूर फॉलो करने चाहिए हैं असं भी बहुत लोगों को कहने उधर भी फॉलो करो पर अभी आप फॉलो नहीं करते हैं लो जी चाचे इधर समुद्र है ना ठीक है इधर समुद्र आ गया इधर ब्रिज आ गया पानी उपर भी चढ़ता जी कोलन एरिया दे विच जाना जी इत्थे कोलन दस दे इधर आगे ब्रिज पर किधर से किधर कोई उड़ जाए पिया काम है ये ਤੁਸੀਂ ਨਾਲੇ ਤੁਹਾਨੂੰ ਇਹ ਪਤਾ ਵੀ ਕਿੱਧਰ ਜਾਣਾ ਹੈ ਕਿਹਾ ਕਿਹਾ ਮੈਂ ਹਾਂ ਬ੍ਰਿਜ ਆ ਮੈਂ ਅਲਟਰ ਮੈਂ ਕਿਹਾ ਪਿੰਡ ਦੇ ਬੰਦਾ ਦੇਖਿਆ ਚਲੋ ਤਾਂ 15 ਦਿਨ ਦਾ ਬ੍ਰਿਜ ਬਰੇ ਘੁੰਮ ਗਿਆ ਵੀ ਕਿਹੜੇ ਵਿੱਚ ਨੂੰ ਉਤਰ ਰਹਾ ਹੈ ਪਤਾ ਲੱਗਣਾ ਵੀ ਕਿੱਥੇ ਜਾਣਾ ਜਾਣਾ ਕਿਹੜੇ ਪਾਸੇ ਨੂੰ ਆਉਣਾ ਨਾ ਉਹਦੀ ਭਾਸ਼ਾ ਸਮਝ ਆਉਣੀ ਉਹਨੂੰ ਪੰਗਾ ਕਿਹੜੇ ਇੱਕ ਗੱਲ ਤੇਰੀ ਠੀਕ ਹੈ ਉਹਨੇ ਵੀ ਦੂਜੇ ਮੈਨੂੰ 7 ਸਾਲ ਹੋ ਗਏ ਨੇ ਮੈਂ ਕਦੇ ਡਰਾਈਵ ਕੀਤੀ ਨਹੀਂ ਹੈਗੀ ਮੈਂ ਕਰਦਾ ਹੁਣ ਸਿੱਖਾਂ ਦਾ ਹੁਣੇ ਅੱਛਾ ਹੁਣ ਮੈਂ ਤਾਂ ਹੀ ਤੁਹਾਨੂੰ ਨੌਲੇਜ ਨਹੀਂ ਹੈਗੀ ਇੱਧਰ ਮੈਂ ਘਟਾ ਨਾ ਜਿੱਧਰ ਦਾ ਪਤਾ ਉਧਰ ਦਾ ਚਲਾਈ ਜਾਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਸਾਰਾ ਸਮੁੰਦਰ ਦੀ ਏਰੀਆ ਜੀ ਹਾਂ ਸਮੁੰਦਰ ਦੇ ਵਿੱਚ ਬਣਾ ਸਾਰੇ ਪਾਸੇ ਜਿਹੜਾ ਪੁੱਲ ਜਾਂਦਾ ਇਹ ਮਕਾਉ ਨੂੰ ਜਾਂਦਾ ਉਹ ਜਿਹੜਾ ਕਿਹੜਾ ਅੱਛਾ ਜੀ ਆਪਾਂ ਦੂਜੇ ਪਾਸੇ ਚੱਲੇ ਉਹ ਦੂਜੇ ਪਾਸੇ ਆਉਂਦਾ ਜਿਹੜਾ ਆਏ ਨੂੰ ਉਹਦੇ ਵਿੱਚ ਮਕਾਉ ਨੂੰ ਜਾਂਦਾ मकाओ ठीक है ठीक है ठीक है ਤੇ ਉਹ ਗੱਡੀ ਚਾਚਾ ਜੀ ਗੱਡੀ ਚਲੀ ਜਾਂਦੀ ਉੱਥੇ ਨੂੰ ਹਾਂ ਗੱਡੀ ਉਹਦਾ ਨੰਬਰ ਪਲੇਟ ਹੈ ਕਿ ਨੰਬਰ ਪਲੇਟ ਹੈ ਕਿ ਉੱਧਰ ਦੀਆਂ ਓਕੇ ਗੱਡੀਆਂ ਵੀ ਜਾਂਦੀਆਂ ਬੱਸ ਵੀ ਜਾਂਦੀ ਆ ਫੇਰੀਆਂ ਵੀ ਜਾਂਦੀਆਂ ਜਿਹੜੀ ਚੈਨਲ ਦੀ ਉਹ ਵੀ ਆਦੇ ਮਾਜ ਗੱਡੀਆਂ ਦੇ ਗੱਡੀਆਂ ਉਹ ਉੱਧਰ ਨੰਬਰ ਪਲੇਟ ਮਿਲ ਜਣੇ ਇਹਦੇ ਐਮਸੀ ਵਾਲੀ ਉਹ ਤੇ ਮਕਾਉਂਦੀ ਆ ਐਮ ਵਾਲੀ 80 ਦੀ ਸਪੀਡ ਤੇ ਵੱਧ ਹੋਊਗਾ ਤਾਂ ਹਾਂ 80 ਸਪੀਡ ਦੱਸੀ ਵੀ ਸ਼ੋਅ ਕਰੀ ਵੀ ਆ अच्छा आज इतने से शुरू होगा जी लो जी डिज्नीलैंड रेस्टोरेंट भी आ गया कोई है रिजॉर्ट अच्छा ओ क्या बात है ओ सामने था अच्छा अच्छा चलो बाहर बाहर से दिखा दें अपन हाल क्या बात है गलबात हैगी है पूरी मैं एक दिन चाचा देखी थी वीडियो है तो है भी पूरी दिहाड़ी लगती है फिर है ना हाँ जी हाँ बच्चे ना अपने बड़े हैं अंदर जा रहे हैं बंदा खाली है खाली चले जाना वाकई सही गल क्या बात है बाहर बाहर के दर्शन कराते ग्रीनरी
क्या बात है, रूह खुश होंगी, अखा तरो ताजा होंगे देख के। क्या बात है, मेरा ना मैं ਹਾਂਜੀ ਅੱਛਾ ਜੀ ਇਹਨਾਂ ਮੈਂ ਸਾਰਾ ਤੁਹਾਡੇ ਮੈਂ ਬਣਾਇਆ ਵਾ ਸੀ ਆਪਣੇ ਇੱਕ ਜਿਹੜਾ ਸਕੇਜਰ ਬਣਾਇਆ ਵਾ ਸੀ ਅੱਛਾ ਅੱਜ ਮੈਂ ਕਿੱਥੇ ਲਿਆਣਾ ਉਹ ਸਕੇਜਰ ਥੋੜੇ ਇੱਕ ਦਿਨ ਨਾ ਸਾਰਾ ਸਕੇਜਰ ਹੋ ਗਿਆ ਅੱਜ ਤੂਫਾਨ ਨੇ ਸਾਰਾ ਸਕੇਜਰ ਚੇਂਜ ਕਰਤਾ ਸਾਰਾ ਹੀ ਪੱਕੀ ਗੱਲ ਹੈ ਡੈਮੇਜ 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 ਹੋ ਗਿਆ ਹਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਸਾਰੇ ਬਣਾਇਆ ਹੋਏ ਜਿੰਨਾ ਕੋਸ਼ ਸਾਰਾ ਦਿਖਾਵਾਂਗੇ ਹੁਣ ਕੋਸ਼ਿਸ਼ ਹਾਂ ਕੋਸ਼ਿਸ਼ ਤਾਂ ਹਾਂ ਮੇਨ ਮੇਨ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਇੱਥੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਿਹੜੇ ਤੁਹਾਡੇ ਥੋੜੇ ਆਪਣਾ ਸਾਰੇ ਸਬਸਕ੍ਰਾਈਬਰ ਹੈ ਉਹ ਵੀ ਦੇਖਣਗੇ ਹਾਂ ਉਹ ਵੀ ਦੇਖਣ ਯਾਰ ਬਾਹਰ ਘੁੰਮਣਾ ਹੈ ਬੰਦਾ ਵੀ ਪਤਾ ਲੱਗੇ ਵੀ ਯਾਰ ਆਪਾਂ ਵਾਕਈ ਹੌਂਗਕੌਂਗ ਦੇ ਵਿੱਚ ਕਿਆ ਚੀਜ਼ ਦੇਖਣ ਵਾਸਤੇ ਕਿਹੜੀ ਕਿਹੜੀ ਚੀਜ਼ ਹੈ ਹਾਂ ਹਰ ਇੱਕ ਨੂੰ ਨੌਲੇਜ ਆ ਜਾਂਦੀ ਤੁਸੀਂ ਹਾਂ ਆਪਾਂ ਕਿੱਥੇ ਜਾਣਾ ਕੋਈ ਬੰਦਾ ਫਿਰ ਪੁੱਛਣ ਦੀ ਲੋੜ ਨਹੀਂ ਪੈਂਦੀ ਡਾਇਰੈਕਟਲੀ ਬੰਦਾ ਉੱਥੇ ਪਹੁੰਚ ਜਾਂਦਾ ਹੈ ਵਾਕਈ ਵਾਕਈ ਸਹੀ ਗੱਲ ਤੁਹਾਡੀ ਇਹ ਵੀ ਗੱਲ ਤੁਹਾਡੀ ਥੋੜਾ ਨੇ ਸੱਜੀ ਵਾਲੀ ਲਾਈਨ ਜੀ ਰੱਖੋ ਦੇਖ ਲੈ ਜੰਗਲ ਚ ਮੰਗਲ ਹੈ ਸਾਰੇ ਪਹਾੜ ਕੱਟ ਕੱਟ ਕੇ ਕੱਟ ਕੱਟ ਕੇ ਚੀਜ਼ ਬਣਾਈ ਗਈ ਪਹਾੜਾਂ ਦੇ ਵਿੱਚ ਸਮੁੰਦਰ ਭਰ ਕੇ ਪਹਾੜ ਕੱਟ ਕੇ ਓਕੇ ਤਾਂ ਹੀ ਲੋਕ ਵਿਜ਼ਟਰ ਆਉਂਦੇ ਇੱਥੇ ਘੁੰਮਣ ਫਿਰਨ ਆਉਂਦੇ ਆ ਵੀ ਵਧੀਆ ਚੀਜ਼ ਬਣਾਈ ਹੋਈ ਹੈ ਜੇ ਜਾਨੀ ਜੇ ਨਾ ਕਿਸਮ ਦੀ ਕਿ ਜੰਨਤ ਜੰਨਤ ਵਾਲੀ ਗੱਲ ਜਾਨੀ ਇਹਨੂੰ ਕਹਿੰਦੇ ਆ ਏਸ਼ੀਆ ਦਾ ਹਾਰਟ ਏਸ਼ੀਆ ਦਾ ਦਿਲ ਅੱਛਾ ਏਸ਼ੀਆ ਦਾ ਦਿਲ ਹਾਂਗਕਾਂਗ ਏਸ਼ੀਆ ਦਾ ਦਿਲ ਹੈ ਹਾਂਗਕਾਂਗ ਏਸ਼ੀਆ ਦਾ ਦਿਲ ਏਸ਼ੀਆ ਦਾ ਦਿਲ ਹੈ ਜੀ ਹਾਂਗਕਾਂਗ ਯਾਨੀ ਕਿ ਤਾਂ ਹਰ ਇੱਕ ਚੀਜ਼ ਫ੍ਰੀਡਮ ਹੈ ਕਿਸੇ ਚੀਜ਼ ਨੂੰ ਕੋਈ ਚੱਕਰ ਨਹੀਂ ਹੈਗਾ ਜਿਵੇਂ ਆਪਾਂ ਆਪਣਾ ਖਾਣਾ ਪੀਣਾ ਕੁਝ ਤੁਰੇ ਫਿਰਦੇ ਰਾਤ ਨੂੰ ਤੁਹਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਕੌਣ ਇੰਜੋਏ ਕੁਝ ਕਰ ਰਿਹਾ ਤੁਹਾਡੇ ਕਰੀ ਚੱਕਣਾ ਵੀ ਨਹੀਂ ਕਿਸੇ ਨੇ ਓਕੇ ਆਪਣੇ ਇੰਡੀਆ ਦੇ ਕਰੀ ਆ ਜੀ ਉਹ ਹੈ ਜੀ ਹਾਂ 20 ਗੱਲ 20 ਗੱਲਾਂ ਕਹਿੰਦੇ ਇੰਡੀਆ ਦੇ ਵਿੱਚ ਤਾਂ ਵੀ ਐਦਾਂ ਉਹ ਕੀ ਕਰਦਾ ਫਲਾਣਾ ਕਰਦਾ ਇੱਥੇ ਉਹ ਚੀਜ਼ ਨਹੀਂ ਹੈਗੀ ਇੱਥੇ ਆ ਸਾਈਡ ਤੇ ਲਾ ਲਾ ਇੱਥੋਂ ਮੜੇ ਉੱਤਰ ਕੇ ਬਾਸ ਸਾਈਡ ਤੇ ਲਾ ਲਾ ਆਪਾਂ ਬਤਕ ਤੇ ਮੁਰਗੇ ਵਾਲੀ ਬੋਲੀ ਸੀ ਤੁਹਾਡੀ ਨਾ ਬਤਕ ਮੁਰਗੇ ਦੀ ਸਮਝ ਹੈ ਨਾ ਮੁਰਗਾ ਬਤਕ ਦੀ ਸਮਝ ਹੈ ਇਹੀ ਚੱਕਰ ਚ ਤਾਂ ਫਸੇ ਰਹੇ ਅਸੀਂ ਫੁਕੇਟ ਫੋਕਟ ਵਿੱਚ ਆ ਗਏ ਇੱਥੇ ਫੁਕੇਟ ਨੌ ਵੀ ਫੁਕੇਟ ਦਾ ਅੱਛਾ ਚਲੋ ਦਿਖਾਉਂਦੇ ਜੀ ਤੁਹਾਨੂੰ ਥੋੜਾ ਜਿਹਾ ਅੱਗੇ ਚੱਲ ਕੇ ਹੋਰ ਕਿਆ ਪ੍ਰੋਸੀਜਰ ਹੈਗਾ ਇੱਥੇ ਦਾ ਬਾਕੀ ਇੱਥੇ ਤਾਂ ਇੱਕ ਦਿਹਾੜੀ ਖਰਾਬ ਹੁੰਦੀ ਹੈ ਥੋੜਾ ਵਾਸਤੇ ਨਾ ਹਾਂ ਉਰੇ ਪੂਰੇ ਹਾਂ ਇਹ ਗੱਲ ਹੈ ਇੱਕ ਨਾਲ ਬੱਚੇ ਹੁਣ ਤਾਂ ਹੈ ਵੀ ਇੰਜੋਏ ਕਰਕੇ ਚਲੇ ਜਾਣਾ ਹੁਣ ਆਪਣਾ ਆਪਾਂ ਨੇ ਮਿੱਕੀ ਮਿੱਕੀ ਨੂੰ ਕਿਆ ਦੇਖਣਾ ਕਿਆ ਕਰਨਾ ਬੱਚੇ ਉਹਨੇ ਕਿਤੇ ਫੋਟੋ ਖਿਚਾਉਣੀ ਹੁੰਦੀ ਹੈ ਬੱਚੇ ਦਾ ਹੁੰਦਾ ਚੌਕ ਬੱਚੇ ਹਾਂ ਬੱਚੇ ਮੈਂ ਤਾਂ ਕਹਿੰਦਾ ਨੈਕਸਟ ਟਾਈਮ ਆਓ ਵਿਦ ਫੈਮਿਲੀ ਫੈਮਲੀਆਂ ਲੈ ਕੇ ਆਓ ਫਿਰ ਕਮ ਸੇ ਕਮ ਸਾਡੀਆਂ ਫੈਮਲੀਆਂ ਇਕੱਠੀਆਂ ਹੋਣਗੀਆਂ ਇਹ ਵੀ ਗੱਲ ਹੈ ਇਹ ਗੈਦਰਿੰਗ ਹੋ ਜਾਂਦੀ ਕਿ ਗੈਦਰਿੰਗ ਵਾਕਈ ਵਾਕਈ ਚਾਚਾ ਇਹ ਗੱਲ ਤੁਹਾਡੀ ਮੰਨਦਾ ਅੱਜ ਤਾਂ ਮੌਸਮ ਪਤਾ ਕੀ ਹੈ ਹਾਂਜੀ ਤੁਸੀਂ ਬਹੁਤ ਲੱਕੀਆਂ ਨੇ ਇੱਧਰ ਬਹੁਤ ਠੰਡਾ ਮੌਸਮ ਹੈ ਨਾ ਠੰਡਾ ਮੌਸਮ ਹੀ ਹੋ ਗਿਆ ਲੱਕੀ ਜੇ ਤੁਸੀਂ 2 ਘੰਟੇ ਲੇਟ ਹੋ ਜਾਂਦੇ ਫਿਰ ਅੱਜ ਫੇਰ ਫੂਕਟੇ ਸੀ ਅੱਜ ਫੇਰ ਫੂਕਟੇ ਦਾ ਜਿਹੜਾ ਤਾਂ ਕਿਉਂਕਿ ਫਲੇਟਾਂ ਬੰਦ ਹੋ ਜਾਣੀਆਂ ਓਹੋ 12 ਵਜੇ ਫਲੇਟਾਂ ਬੰਦ ਹੈ ਸਾਨੂੰ ਬਾਈ ਹਰਪ੍ਰੀਤ ਨੇ ਕੱਲ ਜ਼ੋਰ ਲਾ ਲਿਆ ਕਹਿੰਦਾ ਤੁਸੀਂ ਐਂ ਕਰੋ ਕਹਿੰਦਾ ਅੱਜ ਰਾਤ ਰਹੋ ਤੁਹਾਨੂੰ ਕੱਲ ਭੇਜਾਂਗੇ ਮੈਂ ਕਿਹਾ ਨਹੀਂ ਬਾਈ ਸਾਨੂੰ ਜਾਣ ਦੇ ਨਹੀਂ ਨਹੀਂ ਪਤਾ ਕੀ ਹੈ ਤੁਹਾਡੀ ਰਾਤ ਦੀ ਬੁੱਕ ਕਰ ਜੇ ਆਪਾਂ ਜੇ ਕਹਿੰਦਾ ਨੀਤ ਨੂੰ ਮਰਾਦਾ ਹੈ ਜੇ ਆਪਣੀਆਂ ਨੀਤਾਂ ਸਹੀ ਹੈ ਨਾ ਆਪਾਂ ਨੂੰ ਤਾਂ ਆਪਾਂ ਨੂੰ ਬੰਦੇ ਵੀ ਉਹੋ ਜਿਹੇ ਮਿਲਦੇ ਆ ਵਾਕੇ ਵਾਕੇ ਦੇਖੋ ਤੁਸੀਂ ਬੇਸ਼ੱਕ ਰਸਤਾ ਭੁੱਲ ਗਏ ਸੀ ਇਹ ਥੋੜਾ ਕਸੂਰ ਨਹੀਂ ਸੀ ਕਹਿੰਦਾ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਇਦਾਂ ਦੇ ਹੋਣੇ ਚਾਹੀਦੇ ਅੱਛਾ ਹਾਂ 101% ਹਾਂ ਤਾਂ ਹੀ ਬੰਦੇ ਨੂੰ ਅਕਲ ਆਉਂਦੀ ਨਹੀਂ ਆਉਂਦੀ ਹੈਗੀ ਨਹੀਂ ਅਕਲ ਨਹੀਂ ਆਉਂਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਜਾਣਾ ਕਿੱਧਰ ਨੂੰ ਆਪਾਂ ਕੀ ਕਰਨਾ ਠੀਕ ਹੈ ਨਾ ਬਿਲਕੁਲ 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 ਪਹਾੜ ਪੇ ਹਾਂ ਬਹੁਤ ਵਧੀਆ ਹੈ ਪਹਾੜ ਤਾਂ ਵਧੀਆ ਹੈ ਨਾ ਉੱਕੀ ਦੀ ਰਿਪੋਰਟ ਤਾਂ ਹਾਂਜੀ ਆਪਣਾ ਇੱਕ ਰੋਪੜ ਦਾ ਬੰਦਾ ਹੈ ਪੜੌਲ ਦਾ ਹਾਂਜੀ ਪੜੌਲ ਹੈਗਾ ਰੋਪੜ ਦੇ ਲੱਗੇ ਹਾਂ ਜਿਹੜੀਆਂ ਪਹਾੜੀਆਂ ਨਾ ਉਹਨਾਂ ਇੱਕ ਵੀ ਪਹਾੜ ਨਹੀਂ ਛੱਡੀ ਜਿਹਦੀ ਪਹਾੜੀ ਪੱਟੀ ਸੀ ਫਿਰ ਉਹ ਨਹੀਂ ਗਿਆ ਬੰਦਾ ਅੱਛਾ ਇੱਕ ਪਹਾੜੀ ਪੁੱਛੋ ਕਿਹੜੀ ਪਹਾੜੀ ਕਿੱਥੇ ਕਿੱਥੋਂ ਚੜ੍ਹਨਾ ਉਹ ਕੱਲੀ ਕੱਲੀ ਪਹਾੜੀ ਵੀ ਰੱਸੇ ਨਾਲ ਰੱਸੇ ਨਾਲ ਚੜ੍ਹ ਕੇ ਉੱਤੇ ਗਿਆ ਉਹ ਕਿਆ ਬਾਤ ਮਿਲੂਗੇ ਉਹਨੂੰ ਕਿ ਨਹੀਂ ਹਾਂ ਮਿਲਾ ਦਾਂਗੇ ਐ ਕਿਆ ਬਾਤ ਹੈ ਮਿਲਾਵਾਂਗੇ ਜੀ ਫਿਰ ਤੁਸੀਂ ਬਲੌਗ ਦਾ ਵੇਟ ਕਰਿਓ ਸਾਈਕਲ ਚਲਾ ਕੇ ਲੇਹ ਲਦਾਖ ਨੂੰ ਬਾਈਸਾਈਕਲ ਪੂਰੀ ਹੈ ਹੁਣ ਸਾਨੂੰ ਬਲੌਗ ਆਉਣਗੇ ਜੀ ਜਿਹੜੇ ਆਉਣਗੇ 30-30 ਮਿੰਟ ਵਾਲੇ ਇਕੱਠੇ ਹੀ ਇਹ ਨੀ ਹੋਣਾ ਵੀ ਹੁਣ 5-10 ਮਿੰਟ ਵਾਲਾ ਕੰਮ ਨੀ ਹੈਗਾ ਰੀਲ ਬਹੁਤ ਲੰਬੀ ਪਾਉਂਦਾ ਚਾਚਾ ਸਾਡੇ ਵਾਂਗੂ ਇਹ ਦਿਖਾਓ ਯਾਰ ਲੋਕਾਂ ਨੂੰ ਜੇ 10 ਮਿੰਟ ਵਾਲੇ ਬਲੌਗ ਤਿੰਨ ਨਾ ਤੁਸੀਂ ਇੱਕ ਦੇਖ ਲਓ ਦਸਾਂ 30 ਮਿੰਟਾਂ ਚ ਤੁਹਾਨੂੰ ਸਾਰਾ ਕੁਝ ਦਿਖ ਜੂ ਇੱਥੇ ਹਾਂ
ਵੀ ਕੀ ਕੁਛ ਕਰ ਲਓ ਗੱਲ ਕਰ ਲਓ ਕਰ ਲਓ ਕਰ ਲਓ ਹਵਾ ਲਾ ਕੇ ਚੱਲਣ ਆ ਦੇਖੋ ਜੀ ਕਿੰਨਾ ਵਧੀਆ ਇਹਨਾਂ ਨੇ ਵਾਲਾ ਭਾਈ ਹਾਂ ਲੱਕੀ ਕਰੀ ਹੁਣ ਕੌਣ ਹੈ ਸੁਣ ਹੈਲੋ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਬਾਈ ਸਾਹਿਬ ਬਹੁਤ ਬਹੁਤ ਧੰਨਵਾਦ ਵੀਰ ਦਾ ਜਿਹੜਾ ਇੰਨਾ ਫਿਕਰ ਕੀਤਾ ਸਾਡੇ ਲਈ ਤੁਸੀਂ ਯਾਰ ਮੌਸਮ ਤਾਂ ਯਾਰ ਨਜ਼ਾਰੇ ਵਾਲਾ ਹੋ ਗਿਆ ਚਾਚੇ ਯਾਰ ਗੱਲਬਾਤ ਪੂਰੀ ਘੈਂਟ ਹੋ ਗਈ ਹਸੀ ਗਿਆ ਸੀਗਾ ਸਾਨੂੰ ਸਾਨੂੰ ਦੇਖ ਕੇ ਪੱਗਾਂ ਵਾਲਿਆਂ ਦੇਖ ਕੇ ਹਸੀ ਜਾਂਦੇ ਆ ਇਹ ਵੀ ਗੱਲ ਕਿਆ ਏ ਚੜ੍ਹਨ ਲੱਗੇ ਨਾ ਆਪਣਾ ਕੋਡ ਵਰਡ ਦੇਖੋ ਹਾਂ ਯਾਰ ਆਪਾਂ ਇੱਧਰ ਨੂੰ ਕਿੱਧਰ ਨੂੰ ਜਾ ਰਹੇ ਹਾਂ ਤੇ ਹਰ ਇੱਕ ਚੀਜ਼ ਕਹਿ ਕੇ ਚੜੇ ਕਰੋ ਬਾਈ ਅਸੀਂ ਹਾਂਗਕਾਂਗ ਜਾਣਾ ਨਾਲੇ ਚਾਚਾ ਜੀ ਇੱਕ ਗੱਲ ਹੋਰ ਅਸੀਂ ਬਲੌਗ ਬਣਾ ਕੇ ਵੀ ਪਾਤਾ ਲੋਕਾਂ ਨੂੰ ਵੀ ਗਾਈਡਨੈਸ ਹੋ ਗਈ ਗਾਈਡਨੈਸ ਹੋ ਗਈ ਬਹੁਤ ਜ਼ਿਆਦਾ ਗਾਈਡਨੈਸ ਹੈ ਨਾ ਇਹ ਚੀਜ਼ ਦਾ ਵੀ ਬੜਾ ਫਰਕ ਪੈ ਯਾਰ ਐਡੀ ਵੱਡੀ ਮਿਸਟੇਕ ਇੰਡੋ ਕੈਨੇਡੀਅਨ ਦੀ ਯਾਨੀ ਕਿ ਜ਼ਿੰਦਗੀ ਵਿੱਚ ਫਸਟ ਆਇਆ ਮੈਂ ਤਾਂ ਪਹਿਲਾ ਕੇਸ ਦੇਖਿਆ ਜ਼ਿੰਦਗੀ ਦੇ ਵਿੱਚ ਵੀ ਯਾਰ ਬੰਦੇ ਨੇ ਹੋਂਗਕਾਂਗ ਉਹਨਾਂ ਨੂੰ ਚਾਕਾ ਫੋਕਟ ਭੇਜਤਾ ਦੱਸੋ ਹੁਣ ਚੱਕਰ ਇਹ ਵੀ ਹੈ ਤੁਹਾਨੂੰ ਹੁਣ ਮੈਨੂੰ ਨਾ ਦੋ ਤਿੰਨ ਬੰਦਿਆਂ ਨੇ ਫੋਨ ਕਰਕੇ ਸਪੈਸ਼ਲ ਕਿਹਾ ਆਪਣੇ ਸਬਸਕ੍ਰਾਈਬਰ ਨੇ ਕਹਿੰਦੇ ਨੇ ਤਾਂ ਕੇਸ ਠੋਕੋ ਕਹਿੰਦੇ ਕੰਪਲੇਨ ਕਰ ਸਕਦੇ ਕਿਉਂਕਿ ਇਹ ਐਡੀ ਵੱਡੀ ਗਲਤੀ ਹੈ ਬੰਦਾ ਮੈਂਟਲੀ ਅਪਸੈਟ ਹੋ ਜਾਂਦਾ ਹੈ ਹਾਂ ਬਿਲਕੁਲ ਕਿਉਂਕਿ ਬੰਦਾ ਦੇਖੋ ਤੁਸੀਂ ਇੱਥੇ ਅਪਸੈਟ ਹੈ ਪਿੱਛੇ ਆਪਣੀ ਫੈਮਿਲੀ ਅਪਸੈਟ ਹੈ ਹਾਂ ਬਿਲਕੁਲ ਸਾਰੇ ਹਾਂ ਹਾਂ ਬਾਕੀ ਤੁਹਾਡੀ ਕੋਈ ਮੀਟਿੰਗ ਇੱਥੇ ਹੈ ਹਾਂ ਤੁਹਾਡੀ ਮੀਟਿੰਗ ਹੈ ਕਿਸੇ ਨਾਲ ਤੁਹਾਡੀ ਮੀਟਿੰਗ ਗਈ ਗਈ ਤੁਹਾਡੇ ਬੁੱਕ ਹੁਣ ਤੁਸੀਂ ਹੋਟਲ ਬੁੱਕ ਕਰਾਇਆ ਵਾ ਤੁਹਾਡਾ ਇੱਕ ਦਿਨ ਦਾ ਹੋਟਲ ਗਿਆ ਇੱਕ ਦਿਨ ਦਾ ਹੋਟਲ ਵੀ ਗਿਆ ਬਾਕੀ ਸਹੀ ਗੱਲ ਆ ਕਈ ਖਰਚੇ ਪੈ ਅੱਛਾ ਨਾਲ ਸਾਨੂੰ ਜੱਚੇ ਉੱਥੇ 20,000 ਰੁਪਏ ਦਾ ਸਾਨੂੰ ਆਨਰੇਬਲ ਵੀਜ਼ਾ ਲੈਣਾ ਪੈ ਗਿਆ ਜਦਾ ਉਹੀ ਤਾਂ ਚੀਜ਼ ਹੈ ਨਾ ਇੱਕ ਬੰਦਾ ਉਹਦਾ ਪ੍ਰਪੇਅਰ ਨਹੀਂ ਹੁੰਦਾ ਜਾਣਾ ਕਿਤੇ ਹੈ ਮੈਂ ਯਾਰ ਮੈਨੂੰ ਹੋ ਕੀ ਗਿਆ ਬੰਦਾ ਚਲੋ ਤੁਸੀਂ ਫੇਰ ਵੀ ਤੁਹਾਡੇ ਕੋਲ ਥੋੜਾ ਮੋਟਾ ਨੌਲੇਜ ਸੀ ਤੁਸੀਂ ਸਾਂਭ ਗਏ ਜੇ ਚਾਂਸ ਕੋਈ ਬੰਦਾ ਨਵਾਂ ਆਉਂਦਾ ਨਹੀਂ ਇੱਥੇ ਗੈਦਰਿੰਗ ਤਾਂ ਪੂਲ ਫੁੱਲ ਹੋਣੀ ਅਜੇ ਚਾਹ ਨਾ ਉਰੇ ਮਹਾਂ ਲੋਕ ਤਾਂ ਬਹੁਤ ਹੁੰਦੇ ਹੋਣੇ ਅੰਦਰ ਬੈਡਰੂਮ ਜਗ੍ਹਾ ਨਹੀਂ ਮਿਲਦੀ ਪਰ ਇਥੇ ਟਿਕਟ ਪਤਾ ਕਿੰਨੀ ਹੈ ਇੰਡੀਆ ਦੇ 7,000 ਰੁਪਏ ਦੀ ਟਿਕਟ ਹੈ ਖਰਚੇ ਹੋ ਜਾਂਦੇ ਥੋੜੇ ਜਿਹੇ ਸਾਰੀ ਦਿਹਾੜੀ ਲਾਉਣੀ ਖਾਣਾ ਪੀਣਾ ਨੀ ਗੱਲ ਜਾਣੀ 15,000 ਦੇ ਨੇੜੇ ਤੇੜੇ ਪਹੁੰਚਣਾ ਤੁਸੀਂ ਅੱਛਾ ਚਾਚੀ ਇੱਥੇ ਐਂਟਰੀ ਹੁੰਦੀ ਫਿਰ ਇਹਦੇ ਅੰਦਰ ਓਕੇ ਹੁਣ ਆਪਾਂ ਨੇ ਅੰਦਰ ਤਾਂ ਨਹੀਂ ਜਾਣਾ ਹੈਗਾ ਅੱਛਾ ਤੱਕ ਦਿਖਾ ਦਿੰਦੇ ਬਿਲਕੁਲ ਜੀ ਬਿਲਕੁਲ 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 ਜਦੋਂ ਨੈਕਸਟ ਟਾਈਮ ਸਾਡਾ ਹਾਂ ਹਾਂਗਕਾਂਗ ਡਿਜ਼ਨੀਲੈਂਡ ਠੀਕ ਹੈ ਇਸ ਤੋਂ ਹਾਂ ਐਂਟਰੀ ਆ ਜਾਂਦੀ ਹੈ ਬਾ ਬਣ ਗਿਆ ਚਾਚੇ ਮੈਂ ਤਾਂ ਖਿੱਚ ਦੇਣਾ ਕੰਮ ਇੱਥੇ ਦੇਣਾ ਇਹ ਆ ਲਓ ਜੀ ਆਪਾਂ ਲਈਏ ਹੁਣ ਡਿਜ਼ਨੀਲੈਂਡ ਮੈਂ ਸਮਝ ਗਿਆ ਤੇ ਅੱਗੇ ਉਹ ਹਾਂ ਪੱਥਰ ਦੀ ਬਣਾਈ ਵੀ ਸਪੈਸ਼ਲ ਜਦੋਂ ਚੱਲਦੀ ਹੈ ਹਾਂ ਪਾਣੀ ਇੰਨੀ ਸਪੀਡ ਨਾਲ ਚੱਲਦਾ ਉੱਤੇ ਬਹੁਤ ਸਪੀਡ ਚੱਲਦਾ ਉੱਤੇ ਇੱਕ ਬਣੀ ਵੀ ਸਕੇਟਬੋਰਡ ਬਣਿਆ ਵਾ ਉਹ ਸਕੇਟਬੋਰਡ ਨਾਲ ਹੀ ਘੁੰਮਦਾ ਹੈ ਓਹੋ ਅੱਜ ਬੰਦ ਇਸ ਕਰਕੇ ਕਿ ਅੱਜ ਆਪਣਾ ਟਾਈਫੋਨ ਕਰਕੇ ਬੰਦ ਅੱਜ ਬਾਈ ਚੀਨਾ ਵੀ ਆਉਣਾ ਨਾ ਹਾਂਗਕਾਂਗ ਦੇ ਵਿੱਚ ਘੱਟੋ ਘੱਟ ਵੀ ਇੱਕ ਹਫ਼ਤੇ ਵਾਸਤੇ ਘੱਟੋ ਘੱਟ ਘੱਟ ਤੋਂ ਘੱਟ ਕਿਉਂਕਿ ਜੇ ਇੱਕ ਦਿਨ ਇੱਥੇ ਡਿਜ਼ਨੀਲੈਂਡ ਤੇ ਇੱਕ ਦਿਨ ਓਸ਼ੀਅਨ ਪਾਰਕ ਇਹ ਦੋ ਦਿਨ ਤਾਂ ਪੱਕੇ ਹੈ ਇਹ ਵੀ ਗੱਲ ਠੀਕ ਹੈ ਦੋ ਦਿਨ ਤਾਂ ਪੱਕੇ ਹੀ ਹੈ ਇਹ ਤਾਂ ਭੁੱਲ ਜਾਓ ਲਾਈਫ ਦੇ ਵਿੱਚ ਤੇ ਵੀ ਇਹਦਾ ਥੀ ਲੱਗ ਗਏ ਇਹ ਤਾਂ ਦੋ ਤਾਂ ਗਏ ਚੱਲੀਏ ਫਿਰ ਗੱਡੀ ਉੱਥੇ ਛੱਡ ਲਈ ਅੱਛਾ
ਕੈਂਟ ਗੱਲ ਬਾਤ ਹੈ। ਮੌਸਮ ਵੀ ਬਹੁਤ ਵਧੀਆ ਲੱਗ ਰਿਹਾ ਸਾਨੂੰ, ਪਰ ਹੁਣ ਮੌਸਮ ਇੰਨਾ ਸੋਹਣਾ ਹੋ ਗਿਆ ਨਾ। ਹਾਂ ਯਾਨੀ ਕਿ ਦੋ ਯਾਨੀ ਕਿ ਕੱਲ ਤਾਂ ਤੁਸੀਂ ਇਹ ਪਤਾ ਲੱਗਿਆ ਨਾ ਫੋਗਟ ਫਸ ਗਏ। ਕੱਲ ਤੋਂ ਰੱਬ ਨੇ ਕਿਹਾ ਵੀ ਜੇ ਤੇਰੇ ਭਤੀਜੋ ਤਾਂ ਫਸੇ ਵੇ ਨਾ ਵੀ ਅੱਜ ਤੈਨੂੰ ਤੇਰੀ ਜਿਹੜੀ ਮਨ ਸ਼ਾਂਤੀ ਤੇਰਾ ਦਿਲ ਸ਼ਾਂਤ ਕਰ ਦਿੰਦੇ ਆ। ਮਹਾ ਬਾਬਾ ਉਹਨਾਂ ਦਾ ਵੀ ਸ਼ਾਂਤ ਕਰ ਦਈਏ ਜਿਹੜੇ ਵਿਚਾਰੇ ਉਹ ਤਾਂ ਫਸੇ ਵੇ ਆ। ਹਾਂ ਇਹ ਗੱਲ ਮੇਨ ਹੈ। ਹਾਲੇ ਤੇਰੇ ਦੂਏ ਚਾਚੇ ਦਾ ਫੋਨ ਆ ਗਿਆ। ਤਾਰੇ ਚਾਚੇ ਦਾ ਪੁੱਛਿਓ ਤਾਂ ਮੜਾ ਕੇ ਕਹਿੰਦਾ ਹਾਂਜੀ ਆ ਗਿਆ ਗੱਡੀ 'ਚ अच्छा ये होटल आ गया है ना डिज़नीलैंड। ओके हाँ लुक के हिसाब करके बनया वो भी। हाँ 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 जैसे जी फोटो आँदी होंगी डिज़नीलैंड वाले ना। आ गया डिज़नीलैंड होटल। ठीक है ठीक है ठीक है। अच्छा एक बार अंदर उमड़े मार सकते हैं। अच्छा क्रॉसिंग करे अपनी। ठीक है खुला नहीं है वैसे बाहर तो भी बाहर भी दिखाने लगे। ਖੁੱਲਾ ਨਹੀਂ ਹੈਗਾ। ਹਾਂ ਹਾਂ ਅੱਜ ਡਿਜ਼ਨੀਲੈਂਡ ਖੁੱਲਾ ਨਹੀਂ। ਅੱਠ ਤੋਂ ਤਾਰੀਖ ਨੂੰ ਨਾ ਅਸੀਂ ਬਾਹਰ ਤੋਂ ਹੀ ਦਿਖਾਉਣ ਲੱਗੇ ਹਾਂ। ਫਿਰ ਤਾਂ ਚਾਚੇ ਨੂੰ ਫਿਕਰ ਪੈ ਗਿਆ ਹੋਣਾ ਵੀ ਆਏ ਆ ਵੀ ਇਹਨਾਂ ਦੇ ਬਹੁਤ ਟਾਈਮ ਲੱਗ ਜਾਣਾ ਉੱਥੇ ਜੇ ਵੜ ਗਏ ਅੰਦਰ ਹੈ ਨਾ। ਮੈਂ ਇੱਥੋਂ ਪਤਾ ਕੀ ਹੈ ਉਹਦਾ ਕਿਧਰ ਵੇਸਟ ਹੋ ਜਾਣਾ। ਚੱਲ ਵੇਸਟ ਤਾਂ ਨਹੀਂ ਹੈਗਾ ਚਾਚਾ, ਉਹ ਤਾਂ ਛੱਡੋ ਗੱਲ। ਹਾਂ ਹੋ ਗਈ ਮੈਂ ਦੇਖ ਲਈ ਬਣਾ ਲਈ ਬਹੁਤ ਵਧੀਆ ਲੱਗ ਰਿਹਾ। ਉੱਤਰ ਕੇ ਵੀ ਬਣਾ ਸਕਦੇ। ਉੱਤਰ ਕੇ ਬਣਾ ਲੈਣੀ ਬਾ। ਠੀਕ ਹੈ ਸਾਈਡ ਜਿਹੇ ਹੋ ਕੇ ਮੈਂ ਦਿਖਾ ਦਿੰਦਾ ਥੋੜ੍ਹਾ ਜਿਹਾ। ਅਤੇ ਅਸਲ ਵਿੱਚ ਉਹ ਤੁਸੀਂ ਚਾਚਾ ਉਹ ਗੱਲ ਕਰੀ ਸੀ ਕਿ ਨਹੀਂ ਉਹਦੇ ਵਾਸਤੇ ਡਰੋਨ ਵਾਸਤੇ। ਉਹ ਡਰੋਨ ਬਾਈ ਇੱਥੇ ਅਲਾਓ ਨਹੀਂ ਹੈਗਾ। ਓਕੇ ਪੁਲਿਸ ਤੋਂ ਸੀਆਈਡੀ ਤੋਂ ਪਰਮਿਸ਼ਨ ਲੈਣੀ ਪੈਂਦੀ ਉਹਦੀ। ਬਿਲਕੁਲ ਬਿਲਕੁਲ ਕਿਉਂਕਿ ਇੱਥੇ ਆਪਣਾ ਅੱਛਾ ਜੀ ਇੱਧਰ ਹੈਗਾ ਇਹ ਐਂਟਰੀ ਆ ਦਾ ਐਂਟਰੀ ਆ। ਓਕੇ 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 ਬਾਕੀ ਬਣਾਉਣਾ ਹੁਣ ਕਿਆ ਨਿਕਲ ਚੱਲਦੇ ਆ ਆਪਾਂ। ਨਿਕਲ ਲਈ ਇੱਥੇ ਨਾਲ ਪੈ ਸਾਈਡ ਤੇ ਇੱਥੇ ਲਾ ਸਕਦੇ ਭਾਜੀ ਉਰੇ। ਠੀਕ 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 ਓਕੇ 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 ਚਲੋ ਮੈਂ ਤਰੋ ਦੇਖੀਏ। ਲਓ ਜੀ ਆਹ ਹੈਗਾ ਜੀ ਬਾਹਰ ਦਾ ਵਿਊ ਇਹਦਾ। ਅਤੇ ਥੋੜ੍ਹੀ ਹੁਣ ਕਿਣਮਿਣ ਕਿਣਮਿਣ ਜੀ ਉਹ ਪੈ ਰਹੀ ਹੈ ਅਤੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਸਾਨੂੰ ਜਦੋਂ ਅੰਗਰੇਜ਼ੀ ਲੱਗੇ ਸੀ ਸਿਖਾਉਣ ਉਹ ਕਹਿੰਦੇ ਇਟ ਇਜ਼ ਡ੍ਰਿਜ਼ਲਿੰਗ ਬੂੰਦਾਬਾਂਦੀ ਹੋ ਰਹੀ ਹੈ। ਹੈ ਉਹੀ ਅੰਗਰੇਜ਼ੀ ਆਉਂਦੀ ਬਸ ਸਾਨੂੰ ਹੋਰ ਨਹੀਂ ਆਉਂਦੀ ਹੈਗੀ ਕੋਈ ਵੀ। ਅਤੇ ਬਹੁਤ ਸੋਹਣਾ ਵਿਊ ਹੈ ਬਹੁਤ ਜ਼ਬਰਦਸਤ ਐਂਡ ਘੈਂਟ ਲੋਕੇਸ਼ਨ। ਅਸੀਂ ਥੱਕੇ ਹਾਰੇ ਕਰਕੇ ਥੋੜ੍ਹਾ ਜਿਹਾ ਕਹਿੰਦਾ ਬਸ ਉਹ ਹੋ ਰਿਹਾ ਹਾਲ ਨਹੀਂ ਸ਼ਾਇਦ ਅੰਦਰ ਐਂਟਰੀ ਲੈ ਕੇ ਤੁਹਾਨੂੰ ਅੰਦਰ 'ਤੇ ਵੀ ਦਿਖਾ ਦਿੰਦੇ। ਠੀਕ ਹੈ ਜੀ ਅੱਗੇ ਚੱਲ ਕੇ ਹੋਰ ਦਿਖਾਉਂਦੇ ਤੁਹਾਨੂੰ। ਐਕਸਪਲੋਰਰ ਮੈਂ ਉਤਰ ਜਾ ਤੁਹਾਨੂੰ ਮੜਾ ਦਿਖਾ ਦਵਾਂ। ਤੇ ਬਣ ਗਈ ਬਣ ਗਈ ਬਣ ਗਈ ਬਣ ਗਈ। ਆਹ ਦੇਖੋ ਜੀ ਆਹ ਪੱਥਰ ਦੇ ਉੱਪਰ ਲਿਖ ਕੇ ਲਾਇਆ ਵਾ ਇਹਨਾਂ ਨੇ। ਗੱਲਬਾਤ ਪੂਰੀ ਘੈਂਟ ਹੈ। ਅੱਛਾ ਆਹ ਤਾਂ ਸਾਡੇ ਐਂ ਲੱਗਦਾ ਜਿਹੜਾ ਨਦੀ ਵਾਲੇ ਉਹ ਖੜੇ ਹੁੰਦੇ ਭੌਂਕੜੇ 'ਚ। ਜਿਹੜੇ ਝੂੜ ਖੜੇ ਹੁੰਦੇ ਨਾ ਨੈਚਰ ਬਿਊਟੀ। ਹਾਂ ਵਾਕਈ ਹੈ ਛੱਪੜ ਆਪਣੇ ਹੁੰਦੇ ਤੇ ਚਾਚਾ ਪਹਿਲਾਂ ਹਨਾ ਛੱਪੜ ਟਾਈਪ ਹਨਾ ਘੈਂਟ। ਚਲੋ ਚਲੋ ਜੀ ਆਹ ਦਿਖਾਉਂਦੇ ਤੁਹਾਨੂੰ ਇਹ। ਦੋਨੇ ਪਿਰ ਤਪਾ ਲਾ ਚੱਕਰ ਆ ਦੂਏ ਨੂੰ ਹਾਕ ਮਾਰਦਾ ਦੂਆ ਲੱਜ ਜਾਂਦਾ ਦੇਖਣ ਦੂਏ ਨੂੰ ਹਾਕ ਮਾਰਦਾ ਦੂਆ ਲੱਜ ਜਾਂਦਾ ਦੇਖਣ। ਅੱਛਾ ਇਹ ਹੈਗਾ ਜੀ ਐਕਸਪਲੋਰ ਝੂੰਡ। ਕਿਆ ਬਾਤ ਹੈ ਕਿਆ ਬਾਤ ਹੈ ਲੈ ਗੱਲਬਾਤ ਹੈ ਯਾਰ ਪੂਰੀ। ਬੱਚੇ ਸਾਰੇ ਇਹ ਮੇਨ ਬੱਚਿਆਂ ਕਰਕੇ ਹੈ ਇਹ ਬੱਚੇ ਨਹੀਂ ਸਾਰੇ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਮੇਨ ਡਿਜ਼ਨੀ ਵਾਲੇ ਬੱਚਿਆਂ ਵਾਸਤੇ ਹੈ ਸਾਰਾ ਇਹ ਸਾਰੇ ਬੱਚੇ ਚੈਨਲ ਤੇ ਘੁੰਮਣਾ ਹੈ ਬੇਬੀ ਇਟਸ ਗੁੱਡ।
Hi, sorry. Sorry. It's all good. I enjoy. Have a nice day, huh? Thank you. कोई मतलब वीडियो वूडियो बनाने की कोई होता नहीं कोई प्रॉब्लम नहीं है ना जिथे हो दस दौ अच्छा इधर नीचे खाने पीने का प्रोसेस है ठीक है चल माड़ा जा बाहर जो जिसे आए आप जिमी है वो क्या बात है इधर देख तू इधर लकड़ी लकड़ी लगती इधर देसी भाषा ਐਨ ਚਾਚੇ ਯਾਰ ਪਹਾੜੀ ਰੂਪ ਦਿੱਤਾ ਵੈਨ ਪੂਰਾ ਕਿਆ ਬਾਤ ਹੈ ਇੱਧਰ ਗੁਫਾ ਵੀ ਬਣਾਤੀ ਹੈ ਹੋਟਲ ਲੋਬੀ ਜਿਹੜਾ ਉੱਪਰ ਦਿਖਾਇਆ ਆਪਾਂ ਨੇ ਪਹਿਲਾਂ ਚਾਚੇ ਯਾਰ ਗੱਲਬਾਤ ਬਣਾਈ ਵੀ ਹਨ ਪੂਰੀ ਕੋਈ ਕਹਿ ਨਹੀਂ ਸਕਦਾ ਮੇਰੀ ਜਾਨ ਵਸੂਲ ਹਾਂ ਕਹਿੰਦਾ ਤੁਹਾਡਾ ਪੈਸਾ ਵਸੂਲ ਵਾਕਈ ਕੈਂਟ ਗੱਲਬਾਤ ਹੈ ਨਾ ਪੂਰੀ ਨਾਲੇ ਤੁਸੀਂ ਵੀ ਸਾਰੇ ਸਬਸਕ੍ਰਾਈਬਰ ਦੇਖੋ ਨਾਲੇ ਵੀਡੀਓ ਪਾਈ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਚਾਚੇ ਹਾਂ ਜਿਆਦਾ ਸਬਸਕ੍ਰਾਈਬ ਦੇਖੋ ਤੇ ਨਾਲੇ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਦੱਸਿਓ ਵੀ ਠੀਕ ਲੱਗ ਰਿਹਾ ਤੁਹਾਨੂੰ ਕਿ ਨਹੀਂ ਲੱਗ ਰਿਹਾ ਹਾਂ ਠੀਕ ਹੈ ਹਾਂ ਹੋਰ ਵੀ ਭਾਈ ਕਿਸੇ ਨੇ ਆਉਣਾ ਸਾਡੇ ਨਾਲ ਕੰਟੈਕਟ ਕਰ ਸਕਦੇ ਹਾਂ 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 ਅਸੀਂ ਇੱਥੇ ਹਾਜ਼ਰ ਹਾਂ ਹਾਏ ਹਾਏ ਹਾਜ਼ਰ ਆਹੀ ਤਾਂ ਰੂਹ ਖੁਸ਼ ਕਰਨ ਵਾਲੀ ਗੱਲ ਆ ਚਾਚਾ ਤੇਰੀ ਯਾਰ ਇਹੀ ਤਾਂ ਗੱਲ ਆ ਕੁਛ ਵੀ ਯਾਰ ਖੁੱਲੇ ਦਿਲ ਨਾਲ ਸੱਦਾ ਦੇ ਦੇਣਾ ਆ ਜੋ ਖੁੱਲੇ ਖਾਤੇ ਯਾਰਾਂ ਦੇ ਖੁੱਲੇ ਖਾਤੇ ਰੱਖੇ ਵਾਸਤੇ ਦਾ ਸੀ ਜ਼ਿੰਦਗੀ ਚ ਆਹੀ ਖੱਟੇ ਆਏ ਵਾਹ ਆਹ ਦੇਖ ਇੱਥੇ ਗੱਲ ਖੜਦੀ ਆ ਜ਼ਿੰਦਗੀ ਪਿਆਰੇ ਖੱਟੇ ਜ਼ਿੰਦਗੀ ਚ ਰੁਪਈਏ ਰੁਪਈਆਂ ਦੀ ਪਰਵਾਹ ਨਹੀਂ ਕਰੀ ਹੈ ਯਾਰ ਰੁਪਈਏ ਤਾਂ ਕਹਿੰਦਾ ਕੀ ਹੈ ਬਹੁਤ ਕੋਲੋਂ ਨੇ ਉਹ ਤਾਂ ਹੱਥਾਂ ਦੀ ਮੈਲ ਹੈ ਅਵੇਂ ਬੋਲ ਬੋਲ ਚੀਨੇ ਕੱਢ ਲੈ ਬਾਹਰ ਯੇ ਕੀ ਬਾਤ ਆ ਦੇਖੋ ਜੀ ਕਿੰਨਾ ਵਧੀਆ ਪੁਰਾਤਨ ਦਿਖਾਇਆ ਗਿਆ ਸਾਰਾ ਹੀ ਕੌਣ ਦੇਖਿਓ ਦੇਖਦਾ ਉੱਪਰ ਚਾਚੇ ਨੂੰ ਕੋਈ ਗੱਲਬਾਤ ਪੂਰੀ ਹੈ ਘੈਂਟ ਗੱਲਬਾਤ ਹੈ ਨਾ ਪੂਰੀ ਇਹ ਤੇ ਸਾਡੇ ਪੁਲਸੀ ਯਾਰ ਦਾ ਯਾਰ ਮਿੱਤਰ ਮਿਲ ਗਿਆ ਇਕੱਠੇ ਪੜੇ ਹੋਏ ਇਹ ਵੀ ਸਾਡਾ ਗੋਤੀ ਹੈ ਜੀ ਮਹਾਲ ਗੋਤੀ ਨਿਕਲਿਆ ਜੀ ਆ ਮੁੰਡਾ ਸਾਡਾ ਬਰਾਮਪੁਰ ਵਾਲੇ ਫਿਰ ਅੰਕਲ ਨੂੰ ਮਿਲਾਇਆ ਵੀ ਆ ਸਾਡੇ ਗੋਤੀਆਂ ਤੁਹਾਡੇ ਪਿੰਡਾਂ ਦੇ ਆ ਕਹਿੰਦੇ ਠੀਕ ਹੈ ਅੱਛਾ ਨਾਲ ਜੁੜ ਗਿਆ ਕਿ ਸਮੁੰਦਰ ਚਾਚੇ ਹੈ ਕਿਆ ਬਾਤ ਹੈ ਬਾਈ ਬਈ ਚਾਚੇ ਜਿੱਦਣ ਕਦੇ ਸੁਨਾਮੀ ਵਗੈਰਾ ਆਉਂਦੀ ਹੋਣੀ ਪਾਣੀ ਪੜ ਜਾਂਦਾ ਨਾ 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 ਇੱਥੇ ਦੀ ਲੋਕੇਸ਼ਨ ਹੈ ਨਾ ਇਹਨਾਂ ਦਾ ਆਹ ਚੀਜ਼ ਬਣਾਇਆ ਵਾ ਸੁਨਾਮੀ ਤਾਂ ਆ ਹੀ ਨਹੀਂ ਸਕਦੀ ਕਿਉਂਕਿ ਇਹਨਾਂ ਨੇ ਜਿਹੜੀ ਸਟ੍ਰਕਚਰ ਤਿਆਰ ਕੀਤਾ ਵਾ ਨਾ ਉਹ ਉਸ ਤਰੀਕੇ ਨਾਲ ਕਰਿਆ ਵਾ ਕਿ ਫਲੱਡ ਵੀ ਆ ਜਾਵੇ ਜਦੋਂ ਜ਼ਿਆਦਾ ਉਹ ਓਵਰ ਹੋ ਹੀ ਨਹੀਂ ਸਕਦਾ ਹੁਣ ਪਿੱਛੇ ਇੱਕ ਫਲੱਡ ਆਇਆ ਸੀ ਉਹਦੇ ਵਿੱਚ ਸਰ ਰੋਡਾਂ ਦੇ ਕੋਈ ਥੋੜਾ ਚੱਕਰ ਪੈ ਗਿਆ ਸੀ ਹੋਰ ਕਿਸੇ ਬਿਲਡਿੰਗ ਨੂੰ ਫਰਕ ਨਹੀਂ ਪਿਆ ਸੀ ਕਹਿੰਦਾ ਵੀ ਲੈਂਦੇ 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 ਇੱਧਰ ਜੀ ਗਾਈਡਲਾਈਨ ਦਿੱਤੀ ਵੀ ਆ ਹੋਰ ਵੀ ਉਹ ਵੀ ਸਾਡਾ ਪੁਲਸੀਆ ਯਾਰ ਇਹ ਹਾਂਗਕਾਂਗ ਪੁਲਸੀਆ ਯਾਰ ਹੋ ਗਿਆ ਜੀ ਚੜ੍ਹਦੀ ਕਲਾ ਚ ਜੀ ਨਾਲੇ ਪਿੰਡ ਗੱਲ ਤਾਂ ਆਹੀ ਹੈ ਗੱਲ ਤਾਂ ਰੋਪੜੀ ਇਹ ਵੀ ਗੱਲ ਵੀ ਹੋਇਆ ਵੀ ਰੋਪੜੀ ਹੈ ਸਾਰੇ ਵਾਕਈ ਹਾਂਜੀ ਸਾਹਮਣੇ ਵਿਊ ਦਿਖਾ ਉਹ ਸਾਹਮਣੇ ਨੀ ਥੋੜੀ ਉਹ ਸਾਹਮਣੇ ਬਿਲਡਿੰਗ ਚਾਚੀ ਇਹ ਤਾਂ ਓਰੀਜਨਲ ਪੱਥਰ ਹੋਣਾ ਹੈ ਓਰੀਜਨਲ ਓਰੀਜਨਲ ਉਹ ਤਾਂ ਓਰੀਜਨਲ ਹੈ ਨਾ ਜਿਹੜੀ ਉਹ ਸਾਹਮਣੇ ਨਾ ਉਹ ਡਿਸਕਵਰੀ ਵੇ ਹੈ ਓਕੇ
ਉਹ ਭਾਈ ਦੇਖ ਲਓ ਤੁਸੀਂ ਜਿਹੜੀ ਗੱਲ ਚਾਚੇ ਨੇ ਦੱਸੀ ਹੈ ਆਹ ਵੀ ਪੱਥਰਾਂ ਦਾ ਇਹਨਾਂ ਵਧੀਆ ਢੰਗ ਦਰਵਾਜ਼ਾ ਦਾ ਬਣਾਇਆ ਪਾ ਪਰ ਅੰਦਰ ਖੁੱਲ੍ਹਿਆ ਨਹੀਂ ਬੰਦ ਕਰਿਆ ਹੋਇਆ ਇਹਨਾਂ ਨੇ ਇਹ ਅਤੇ ਇੱਥੇ ਜਿਹਨੂੰ ਹੱਥ ਕੱਢ ਕੇ ਤੁਹਾਨੂੰ ਦਿਖਾਉਂਦਾ ਮੈਂ ਬਿਲਕੁਲ ਸਮੁੰਦਰ ਦੇ ਕੰਢੇ ਆ ਅਤੇ ਉਹ ਸਾਹਮਣੇ ਇੱਥੇ ਨੇੜੇ ਤੇੜੇ ਕਈ ਟਾਪੂ ਹੈਗੇ ਆ ਜੇ ਤੁਹਾਨੂੰ ਟਾਪੂਆਂ ਦੀ ਗੱਲ ਕਰੀਏ ਬਾਕੀ ਸਾਡਾ ਕੈਮਰਾ ਪਾਈ ਹਾਲ ਹੈਗਾ ਹੈ ਨੋਰਮਲੀ ਟੈਪ ਥੋੜ੍ਹਾ ਜਿਹਾ ਜ਼ੂਮ ਕਰ ਸਕਦਾ ਹੈ ਲਓ ਜੀ ਮੈਂ ਖਿੱਚਿਆ ਥੋੜ੍ਹੀ ਫੋਟੋ ਯਾਰ ਕਮਾਲ ਹੋ ਗਈ ਯਾਦਗਾਰ ਫੋਟੋ ਕਰਦਾ ਆਪਣੇ ਬੱਚਿਆਂ ਵਾਸਤੇ ਰੂਮ ਲੈਵੇ ਰੂਮ ਇਹ ਨਹੀਂ ਇਹ ਲੱਕੜ ਦਾ ਤਾਂ ਹੈ ਚਾਚੇ ਊਂ ਵੀ ਇਹ ਤਿਆਰੀ ਵੀ ਇੱਦਾਂ ਕਰੀ ਵੀ ਜਿਹੜਾ ਮਿੱਟੀ ਦਾ ਹੁੰਦਾ ਜਿਹੜਾ ਮਿੱਟੀ ਦਾ ਪੋਚਾ ਮਾਰਿਆ ਵਾ ਹੁੰਦਾ ਪੋਚਾ ਮਾਰਿਆ ਹੋਇਆ ਊਂ ਅਸਲੀ ਤਾਂ ਲੱਗੀ ਵੀ ਉੱਤੇ ਸੀਮਿੰਟ ਹੈ ਹਾਂ ਹਾਂ ਲੁੱਕ ਦਿਖਾਈ ਵੀ ਹੈ ਲੁੱਕ ਪੋਚੀ ਵਾਲੀ ਦਿਖਾਈ ਵੀ ਹੈ ਹਾਂ ਉਹੀ ਹੈ ਬਾਕੀ ਪੁਰਾਣੇ ਸਮੇਂ ਵਿੱਚ ਘਰ ਇਹੋ ਜਿਹੇ ਹੁੰਦੇ ਤੇ ਚਾਹੇ ਕੰਟਰੀ ਕੋਈ ਵੀ ਹੋਵੇ ਕੰਟਰੀ ਚ ਮੇਰੇ ਤਾਂ ਉੱਪਰ ਨੂੰ ਨਿਕਲ ਗਈਆਂ ਜੀ ਗੱਲਾਂ ਮੈਨੂੰ ਨੀ ਸਮਝ ਆਇਆ ਕਦੋਂ ਵੀ ਗੱਲ ਹੈ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਉਰਲੇ ਪਾਸੇ ਖੜੇ ਦੋ ਪਰਲੇ ਪਾਸੇ ਖੜੇ ਨਾਲੇ ਵਨ ਵੇ ਹੈ ਬਣਿਆ ਵਾ ਤਿੰਨ ਹੈ ਉਹਦੇ ਵਿੱਚ ਅੰਡਰਗਰਾਊਂਡ ਟ੍ਰੇਨ ਚੱਲਦੀ ਹੈ ਜਿਵੇਂ ਅੱਜ 8 ਨੰਬਰ ਟਾਈਫੂਨ ਹੈ ਅੰਡਰਗਰਾਊਂਡ ਗੱਡੀਆਂ ਚੱਲਦੀਆਂ ਉਹ ਬ੍ਰਿਜ ਦੇ ਵਿੱਚ ਓਕੇ ਉਸ ਬ੍ਰਿਜ ਦੇ ਵਿੱਚ ਉੱਤੇ ਤਾਂ ਚੱਲ ਰਹੀ ਜਿਵੇਂ ਲਓ ਜੀ ਫਿਰ ਬਣੇ ਰੋ ਬੀੜੀ ਦੇ ਨਾਲ ਪਹੁੰਚ ਰਹੇ ਹਾਂ ਅਸੀਂ ਉੱਥੇ ਫਟੇ ਦੀ ਫਟ ਦਿਖਾਉਂਦੇ ਹਾਂ ਤੁਹਾਨੂੰ ਪੱਕੀ ਗੱਲ ਪੱਟਾਂ ਵਰਗੀਆਂ ਤਾਰਾਂ ਵੇ ਬਾਕੀ ਅੱਛਾ ਇਹਦੇ ਤੇ ਖੜਾ ਹੋਏ ਨਾ ਸੈਂਟਰ ਚ ਤੇ ਉੱਚੀ ਵੀ ਚੱਕਿਆ ਵਾ ਨਾ ਇਹ ਓਕੇ ਇਹ ਅਸੀਂ ਜੀ ਸਮੁੰਦਰ ਦੇ ਉੱਪਰ ਨੂੰ ਕ੍ਰੋਸ ਲੱਗੇ ਹੋਏ ਜੀ ਕਰਨੇ ਸਮੇਂ ਇਹ 3.5 ਕਿਲੋਮੀਟਰ ਹੈ ਬ੍ਰਿਜ ਓਕੇ ਉਹ ਵੀ ਗਾਹਾਂ ਤਾਰਾਂ ਵਾਲੀ ਹੈ ਜਗਾੜ ਉਹ ਸਾਹਮਣੇ ਉਹ ਵੀ ਤਾਰਾਂ ਵਾਲੀ ਬਣਿਆ ਦੋ ਕ੍ਰੋਸ ਇਹ ਉਹਦੇ ਨਾਲ ਦਾ ਦਿੱਲੀ ਦੇ ਵਿੱਚ ਬਣ ਗਿਆ ਇੱਕ ਉਹ ਪਰਲੇ ਪਾਸੇ ਵਾਲੇ ਨਾਲ ਦਾ ਤਾਂ ਤਾਰਾਂ ਵਾਲਾ ਨਹੀਂ ਬਣਿਆ ਹੁਣ ਚਾਚੇ ਤਾਰਾਂ ਵਾਲਾ ਬਣਿਆ ਉੱਥੇ ਚਲੋ ਹੋ ਸਕਦਾ ਕਿਉਂਕਿ ਟੈਕਨੋਲੋਜੀ ਆ ਜਾਂਦੀ ਅੱਛਾ ਹੈ ਹੀ ਤਾਰਾਂ ਉਹ ਪਰਲੇ ਪਾਸੇ ਵੀ ਤਾਰਾਂ ਹੀ ਤਾਰਾਂ ਪਈਆਂ ਉਹਦੇ ਅੱਛਾ ਇਹ ਓਹੋ ਠੀਕ ਹੈ ਡਨ 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 ਦੋ ਪੋਲਾ ਸਿੰਘ ਮਾਮਰੇ ਜੀ ਠੀਕ ਹੈ ਘੈਂਟ ਹੈ ਜੀ ਗੱਲਬਾਤ ਪੂਰੀ ਹੈ ਅੱਛਾ 19 ਟ੍ਰੈਫਿਕ ਨਹੀਂ ਹੈਗੀ ਟ੍ਰੈਫਿਕ ਤਾਂ ਨਾਰਮਲ ਹੈ ਟਾਈਫੂਨ ਕਰਕੇ ਨੇ ਓਕੇ ਟਾਈਫੂਨ ਕਰਕੇ ਨਹੀਂ ਟ੍ਰੈਫਿਕ ਨਹੀਂ ਦਿਖ ਰਹੀ ਅੱਜ ਕੇ ਬੰਦੇ 에어ਪੋਰਟ ਤੇ ਹੁਣ ਫਲਾਈਟਾਂ ਬੰਦ ਹੋ ਗਿਆ ਤੁਸੀਂ ਬਹੁਤ ਲੱਗੇ ਨੇ ਫਲਾਈਟ ਫਲਾਈਟ ਲੱਗੀ ਹੈ ਹਾਂ 12 ਵਜੇ ਫਲਾਈਟਾਂ ਬੰਦ ਹੋ ਗਈ ਨੇ ਇੱਥੇ ਹਾਂ ਹੋ ਗਈਆਂ ਹੋ ਗਈਆਂ ਆ ਦੇਖੋ ਸਾਹਮਣੇ ਬ੍ਰਿਜ ਆ ਗਿਆ ਸਾਰਾ ਵਿੱਚ ਸੀ ਵੀ ਜਿੰਨਾ ਮਰਜ਼ੀ ਭੋਜਨ ਹੋਵੇ ਸਾਹਮਣੇ ਵੀ ਉਹ ਵੀ ਦਿਖਾਉਂਦਾ ਜੀ ਤੁਹਾਨੂੰ ਮੈਂ ਬਾਹਰ ਦੀ ਆਵਾਜ਼ ਹੋਰ ਤਰ੍ਹਾਂ ਦੀ ਹੈ ਜੀ ਬਾਹਰ ਦੀ ਆਵਾਜ਼ ਵੀ ਦਿਖਾ ਦਿੰਦੇ ਆਪਾਂ ਹਾਂ
हाँ किड़मन किड़मन हो रही है। मैं पहला भी गल करता था महा सानू अंग्रेजी एक चीज सिखाई थी टीचर ने, इट इज ड्रिजलिंग। पिलर के उपर खड़ा है सारा सिस्टम ए पिलर नु परले पासे भी सपोर्ट दिती बीबी उरले पासे नु ना हो ना होवे ना डड्डू वांगू थली बैठी ਇੱਥੇ ਮੈਂ ਦੇਖ ਰਿਹਾ ਗੱਡੀ ਦੀ ਸ਼ੇਪਸ ਹੈਗੀ ਨੇ ਸਾਰਿਆਂ ਦੇ ਲੱਗੇ ਆਪਣੇ ਇੰਡੀਆ ਨਾਲ ਤੇ ਲੱਗੇ ਸ਼ੇਪਸ ਆ ਸਾਰੇ ਅੱਛਾ ਸਵਿਫਟ ਹੈਗੀ ਹੈ ਇੰਡੀਆ ਦੀ ਗੱਲ ਕਰ ਰਿਹਾ ਇੰਡੀਆ ਦੀ ਹੋਂਗਕੌਂਗ ਹੈਗੀ ਹੈ ਇੰਡੀਆ ਹੋਂਗਕੌਂਗ ਚ ਆਹੋ ਛੋਟੀਆਂ ਬਹੁਤ ਕਿਤੇ ਹੀ ਮਿਲੂਗੀ ਸਵਿਫਟ ਹੀ ਮਿਲੂਗੀ ਹੋਰ ਨਹੀਂ ਮਿਲੂਗੀ ਆਹੋ ਕਿਤੇ ਹੀ ਮਿਲੂਗੀ ਓਕੇ ਹਾਂ ਜੀ ਆ ਮੇਰੇ ਕਿ ਮਰੂਤੀਆਂ ਦੀ ਛੋਟੀ ਜਿਹੀ ਛੋਟੀ ਮਰੂਤੀਆਂ ਦੀ ਅਰੇ ਓਕੇ ਹਾਂ ਸੁਜ਼ੂਕੀ ਇੱਕ ਸੁਜ਼ੂਕੀ ਵੀ ਹੈਗੀ ਹੈ ਇਹ ਮਰੂਤੀ ਸੁਜ਼ੂਕੀ ਸਵਿਫਟ ਉੱਤੇ ਸੁਜ਼ੂਕੀ ਸੀ ਮੈਂ ਸਵਿਫਟ ਹੋ ਰਹਾ ਸੁਜ਼ੂਕੀ ਹੋਣਾ ਸੀ ਇੱਧਰ ਪਤਾ ਕੀ ਆ पैसा लाया सारा कुछ है सिर्फ तो असि जो अपना रोड परमिट लें उदो टैक्स कटा जाता उस लग्या चाचे हम भगवंत मान भी टोल प्लाजे बंद कर लग्या होया ਅਸੀਂ ਕਹਿੰਦਾ ਬਹੁਤ ਵਧੀਆ ਚੀਜ਼ ਹੈ ਜੇ ਨਾ ਆਪਾਂ ਚਾਹੁੰਦੇ ਪੰਜਾਬ ਦੀ ਤਰੱਕੀ ਹੋ ਜਾਵੇ ਨਾ ਇਸ ਵਰਗੀ ਤਾਂ ਕੋਈ ਰੀਸ ਨਹੀਂ ਹੈਗੀ ਹਾਂ ਇਹ ਗੱਲ ਹੈਗੀ ਕਿਉਂਕਿ ਬਹੁਤ ਬਹੁਤ ਦੁੱਖ ਝੱਲੇ ਆ ਪੰਜਾਬ ਨੇ ਪਤਾ ਨਹੀਂ ਕਿੰਨੀਆਂ 47 ਤੋਂ ਲੈ ਕੇ ਹੁਣ ਤੱਕ 47 ਤੋਂ ਪਹਿਲਾਂ ਵੀ ਸੀ 47 ਤੋਂ ਹੁਣ ਤੱਕ ਮੁਸੀਬਤਾਂ ਹੀ ਚੱਲ ਰਿਹਾ ਜੇ ਇੱਕ ਬੰਦਾ ਓਨੈਸਟ ਆ 99 ਬੇਈਮਾਨ ਆ ਹਾਂ ਇਹ ਵੀ ਪੰਗਾ ਹੈ ਇਹ ਵੀ ਪੰਗਾ ਗੱਲ ਹਾਂ ਇੱਕ ਬੰਦਾ ਕੁਝ ਨਹੀਂ ਸਵਾਰ ਸਕਦਾ ਜੇ ਤਾਂ ਨਾਲ ਰਲਣਾ ਪੈਣਾ ਲੋਕਾਂ ਨੂੰ ਰਲਣਾ ਪੈਣਾ ਕਹਿ ਲੋ ਕਿ ਮੰਤਰੀ ਮੰਡਲ ਨੂੰ ਨਾਲ ਨਾਲ ਜਾਣਾ ਕਹਿੰਦਾ ਵੀ ਉੱਪਰ ਚੱਕ ਕੇ ਜਿਹੜੇ ਪੰਜ ਜਾਣੇ ਲੱਤਾਂ ਖਿੱਚਦੇ ਆ ਕਿਵੇਂ ਜਾਊਗਾ ਕਿਵੇਂ ਜਾ ਜਾਇਨ ਸਕਦਾ ਪੱਕੀ ਗੱਲ ਆਹ ਦੇਖੋ ਬਣਾ ਲੈ ਇੱਧਰ किलोमीटर की रफ्तार जा सकते हो वाह जी वाह पहाड़ी नहीं तोड़ी मतलब नैचुरलिटी जी है कायम रखी हुई क्या बात है ये तो गलबात हैगी घेंट है जी देखो जी तुम कर लो जी दर्शन सारे जने मैं कहना भाजी फिर भी हैगी है किलो डेढ़ किलोमीटर से तो होनी है लैंथ डेढ़ किलोमीटर की लैंथ तो हैगी है 80 पर जाती है जी 80 पर जाती है डेढ़ तो मिनट तो ज्यादा ही लगती है जेडे हिसाब का मिनट तो उपर टप गया मिनट ची 800 मीटर क्डना समझ लो स्पीड भी लिमिटेड है 80 स्पीड दसी है अच्छा स्कूल कटर पुल अच्छा ब्रिज पर आ गए बोले 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 डंडे चक्के उपर खड़ाते एशिया का सब तो वड्डा शिपयार्ड शिपयार्ड ਲੈਫਟ 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 ਲੈਫਟ
सिंगापुर की याद आने लग गई, उत्थे भी अखने डेडे तगड़ी तगड़ी बिल्डिंग है। सिंगापुर छोटी है ना, हाँ जी सिंगापुर लग गई भी है ना, हाँ आईसीसी टावर सामने जो तुम देखो ਬਿਲਡਿੰਗਾਂ ਬੜੀਆਂ ਤਗੜੀਆਂ ਤਗੜੀਆਂ ਬਣੀਆਂ ਹੋਈਆਂ। ਅੱਛਾ ਏਅਰਪੋਰਟ ਦੱਸ ਦਿੰਦੇ ਭਾਜੀ ਕਿਹੜਾ, ਕਿੱਥੇ ਜਨ ਉਹ ਸੱਜੇ ਪਾਸੇ? ਅੱਛਾ ਜਿਹੜਾ ਪੁਰਾਣੇ ਏਅਰਪੋਰਟ ਦਾ ਦਿਸੂਗਾ ਹੁਣ ਬਿਲਡਿੰਗ ਜੀ ਲੰਘ ਜਾਣੀ ਆਪਾਂ। ਕਿਆ ਕਰੂਜ਼ ਬਣਾਤਾ ਹੈ ਯਾਰ, ਲਾਈਟਾਂ ਮਾਰੀ ਉਹਨਾਂ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਕੋਈ ਲਾਈਟਾਂ ਮਾਰੀ ਜਾਂਦਾ ਦੇਖ ਆ ਦੇ ਚੱਲ ਗਏ करके परेशान कर ਹਾਂਗਕਾਂਗ ਚਿਲਡਰਨ ਹਾਸਪਿਟਲ ਚਾਈਲਡ ਕੇਅਰ, ਬਹੁਤ ਭੈਣ ਗੱਲਬਾਤ ਆ ਬਈ ਚਾਚਾ। ਆ ਜਿਹੜੀ ਥਕਾਵਟ ਜੀ ਦੀ ਅੱਧ ਵਜੇ ਤਾਂ ਲੈ ਗਈ ਨਾ, ਲੈ ਗਈ ਜੀ।
ਸਹੀ ਗੱਲ ਆ ਹੁਣ ਬਾਕੀ ਜਿਹੜੀ ਰੈਸਟ ਹੋਣੀ ਨਾ ਬੋਡੀ ਨੂੰ ਉਹ ਤਾਂ ਦੇਣੀ ਉਹ ਪੈਣੀ ਆ ਥੋੜੀ ਜਿਹੀ ਟਾਈਮ ਹੈ ਨਾ ਮੈਂਟਲੀ ਥੋੜਾ ਜਿਹਾ ਕਹੋ ਹੋ ਗਏ ਹੁਣ ਦੇਖੀ ਰਿਪਨ ਤੇ ਇਹਦੀ ਸਾਈਡ ਤੇ ਸੱਜੇ ਨਾ ਉਹ ਉਹ ਦੇਖਣੇ ਵਾਲਾ ਸੀਪੋਰਟ ਬਣਿਆ ਦੂਜਾ ਬਣਿਆ ਉਹ ਅੱਛਾ ਦੇ ਹੁਣ ਮੈਂ ਇੱਥੇ ਤੇ ਦਿਖਾਣੇ ਆ ਹੁਣ ਡੇ ਸ਼ਿਪ ਜਿਹੜੇ ਹੁੰਦੇ ਆ ਆਪਣੇ ਉਹ ਫਿਰ ਰੁਕਦੇ ਆ ਕੇ ਜਿਹੜੇ ਪੈਸੇਂਜਰ ਜਿਹੜੇ ਸਵਾਰੀਆਂ ਵਾਲੇ ਓਕੇ ਸਵਾਰੀਆਂ ਵਾਲੇ ਲੱਗਣੇ ਜਿਹੜੇ ਸ਼ਿਪ ਲੱਗਦੇ ਆ ਆ ਦੇ ਤਾਂ ਵਾਹ ਵੀ ਵਾਹ ਕੀ ਵਾਹ ਕਿਹੜੀ ਤਕਰੀਬਨ ਆ ਹਾਂਜੀ ਇੱਧਰ ਅੱਛਾ ਸਵਾਰੀ ਵਾਲੇ ਆ ਇੱਥੇ ਸਾਰੀ ਆ ਆ ਬਣਿਆ ਜਿਵੇਂ ਆਪਾਂ ਇਹ ਸਵਾਰੀ ਦਾ ਏਅਰਪੋਰਟ ਆ ਸਵਾਰੀਆਂ ਵਾਲਾ ਏਅਰਪੋਰਟ ਆ ਇਹ ਐਸੇ ਕਰਨੀ ਪਿੱਛੇ ਗਏ ਮੇਰੀ ਫੈਮਿਲੀ ਸਾਰੇ ਪੈਂਤੀ ਜਣੇ ਸੀ ਆਈਲੈਂਡ ਹੈ ਪਾਣੀ ਦੇ ਥੱਲੇ ਦੀ ਨਿਕਲਣਾ ਠੀਕ 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 ਠੀਕ